ਹਾਂ ਹਾਂ ਆ ਗਏ ਅਸੀਂ, ਆਏ ਨਹੀਂ ਮਰਦੇ ਤੁਹਾਡੇ ਮਾਰੇ, ਤੁਸੀਂ ਤਾਂ ਬਥੇਰਿਆਂ ਕਰੀਆਂ ਸਾਡੇ ਨਾਲ, ਅਸੀਂ ਤਾਂ ਫਿਰ ਵੀ ਆ ਗਏ। ਕਹਿੰਦਾ ਮਰਨ ਦੇ ਜਿੱਧਰ ਮਰਦੇ ਨੇ, ਕਿਉਂ ਮਰੀਏ, ਤੁਸੀਂ ਨਾ ਮਰੋ। ਕਮਾਲ ਕਰਦਾ ਜਮਾਈ, ਬੈਠ ਮੈਂ ਮੁੰਡਿਆ ਮੰਜੇ ਤੇ। ਹਾਂ ਬਾਪੂ ਜੀ, ਹਾਏ ਰੱਬਾ ਓਏ, ਥੱਕ ਗਏ ਕੁੜੀ, ਅੱਜ ਤਾਂ ਬਹੁਤ ਫਿਰਤ ਕਰਾਤੀ ਮੇਰੀ ਕੁੜਨੇ ਤੇ। ਬਾਪੂ ਜੀ ਸਾਰੇ ਕਿਤੇ ਫਿਰੇ ਆਏ, ਉਧਰਲੇ ਘਰ ਵੀ ਦੇਖ ਲਿਆ, ਥਾਣੇ ਵੀ ਦੁਬਾਰਾ ਤੋਂ ਜਾਏ, ਕਿਤੇ ਮਿਲੇ ਹੀ ਨਹੀਂ ਹੈਗੇ। ਗਏ ਤਾਂ ਗਏ ਕਿੱਥੇ, ਇੱਥੇ ਵੀ ਨਹੀਂ ਹੈਗੇ ਕੰਜਰ, ਤੇ ਗਏ ਕਿੱਥੇ ਇਹ। ਲੈ ਭਾਈ ਮੈਨੂੰ ਨਾ ਕਹੀ ਹੁਣ ਵੀ ਚੱਲ ਬਾਪੂ ਉੱਥੇ ਚੱਲੀਏ, ਚੱਲ ਉੱਥੇ, ਮੈਥੋਂ ਨਹੀਂ ਆਇਆ ਦਾ, ਮੈਂ ਤਾਂ ਹੰਭ ਕੇ ਗਿਰਿਆ ਪੁੱਤ, ਲੱਤਾਂ ਦੇਖੀ ਐਂ ਹੋ ਗਈਆਂ ਐਡੀਆਂ ਐਡੀਆਂ ਪਾਟਣ ਤੇ। ਬਾਪੂ ਜੀ ਮੈਂ ਤਾਂ ਆਪ ਥੱਕ ਗਈ, ਮੈਂ ਸੋਚਦੀ ਚੱਲ ਫਿਰ ਹੁਣ ਆਪਾਂ ਆਪਣੇ ਘਰ ਨੂੰ ਹੀ ਵਗ ਜਾਂਦੇ ਹਾਂ। ਬਸ ਪੁੱਤ ਬਸ, ਆਹ ਬਣੇ ਹੱਥ ਤੇਰੇ ਮੂਹਰੇ, ਨਾ ਨਾ ਨਾ, ਮੇਰੀ ਤਾਂ ਬੇਵਾ ਭਾਈ ਮੈਥੋਂ ਨਹੀਂ ਆ ਜਾਂਦਾ ਹੈਗਾ, ਰਾਮ ਰਾਮ, ਮੈਂ ਤਾਂ ਪੈਂਦਾ ਭਾਈ ਬੇ ਝੱਟ। ਬਾਪੂ ਜੀ ਹਾਂ ਭਾਈ, ਗਏ ਕਿੱਥੇ ਹੋਣਗੇ ਉਹ? ਭਾਈ ਗਏ ਤਾਂ ਕਿਤੇ ਉਹ ਕਿਸੇ ਰਿਸ਼ਤੇਦਾਰ ਚ ਵਾਗੇ ਹੋਣਗੇ, ਉਹਨਾਂ ਪਰਾਂ ਹੋਰ ਖੜ ਗਏ ਹੋਣਗੇ ਰਾਹ ਚ ਕਿਤੇ ਨਾ ਕਿਤੇ। ਮੈਂ ਸਾਰੀ ਰਿਸ਼ਤੇਦਾਰੀਆਂ ਚ ਫੋਨ ਤਾਂ ਮਿਲਾ ਕੇ ਦੇਖ ਲਿਆ, ਹਰ ਕੋਈ ਕਹਿ ਦਿੰਦਾ ਭਾਈ ਇੱਥੇ ਨਹੀਂ ਆਏ, ਇੱਥੇ ਨਹੀਂ ਆਏ, ਕਿ ਕਿੱਥੇ ਨੇ ਉਹ ਪਿਆਰੋ ਪੁੱਤ। ਮੈਂ ਕੀ ਦੱਸਾਂ, ਜੇ ਤਾਂ ਮੈਨੂੰ ਪਤਾ ਹੋ ਵੀ ਇੱਥੇ ਗਏ ਨੇ ਇੱਥੇ ਗਏ ਨੇ, ਫਿਰ ਤਾਂ ਮੈਂ ਤੈਨੂੰ ਦੱਸਦਾ, ਜਦ ਭਾਈ ਮੈਨੂੰ ਪਤਾ ਹੀ ਨਹੀਂ ਹੈਗਾ ਵੀ ਕਿੱਥੇ ਗਏ ਨੇ, ਮੈਨੂੰ ਤਾਂ ਆਪ ਨਹੀਂ ਪਤਾ ਹੈਗਾ ਵੀ ਕਿੱਥੇ ਗਏ ਨੇ। ਬਾਪੂ ਜੀ ਹੋਰ ਗੱਲੇ ਗੱਲਾਂ ਸੱਚੀ ਕਹਿਣਾ, ਲੱਤਾਂ ਚ ਨਾ ਭੌਂ ਭੌਂ ਆਵਾਜ਼ ਆਉਂਦੀ ਹੈ ਹੁਣ ਤਾਂ। ਭਾਈ ਮੈਨੂੰ ਤਾਂ ਪਤਾ ਨਹੀਂ ਕੀ ਹੋ ਰਿਹਾ, ਸਾਰਾ ਕਹਿੰਦਾ ਸਰੀਰ ਭੱਜਿਆ ਫਿਰਦਾ ਜੋ, ਬਸ ਇੰਨਾ ਔਖਾ ਹੋ ਰਿਹਾ ਗਰਮੀ 'ਚ। ਇੱਕ ਤਾਂ ਟੈਨਸ਼ਨ ਵੀ ਇਹ ਕਿੱਥੇ ਨੇ, ਉੱਤੋਂ ਦੀ ਥਕਾਵਟ, ਭੂਤ ਨਹੀਂ ਭਲਾਈ ਪਈ ਉਹ ਥਕਾਵਟ ਤਾਂ ਪੁੱਤ ਐਂ ਜਾਣ ਕੇ ਕਰੀ ਆ, ਕਿਤੇ ਲੈਂਦੇ ਹਾਂ ਬਾਪੂ ਨੂੰ ਉੱਧਰ ਲੈ ਗਈ, ਚੱਕਦੀਆਂ ਬਾਪੂ ਨੂੰ ਉੱਧਰ ਲੈ ਗਈ, ਜੰਮੀ ਨਹੀਂ ਖੜਨ ਦਿੰਦੀ, ਕੋਈ ਉਮਰ ਦਾ ਵੀ ਲਿਹਾਜ਼ ਕਰਦੇ ਹੁੰਦੇ ਨੇ, ਤੂੰ ਤਾਂ ਭਾਈ ਹੁਣ ਜਵਾਨ ਆ, ਮੈਥੋਂ ਕਿੱਥੇ ਤੁਰਿਆ ਜਾਂਦਾ ਤੇਰੇ ਬਰਾਬਰ। ਬਾਪੂ ਜੀ ਮੇਰੀ ਤਾਂ ਆਪ ਕਿਹੜੀ ਜਵਾਨ ਆ, ਮੇਰੀ ਤਾਂ ਆਪ ਸਿਹਤ ਹੁਣ ਡਾਊਨ ਹੀ ਰਹਿੰਦੀ ਆ, ਇਹਨਾਂ ਦਾ ਕਲੇਸ਼ ਪੈ ਗਿਆ ਮੇਰੇ ਤੇ ਤਾਂ। ਉਹ ਭਾਈ ਕੋਈ ਗੱਲ ਨਹੀਂ, ਇਹ ਤਾਂ ਚੱਲਦੀ ਰਹਿੰਦੇ ਨੇ ਰਾੜੇ ਵੀੜੇ, ਜ਼ਿੰਦਗੀ ਆ। ਬਾਪੂ ਜੀ ਐਂ ਕਰਦਾ, ਦੋ ਦੋ ਘੁੱਟਾਂ ਚਾਹ ਦੀਆਂ ਬਣਾਉਂਦੇ ਹਾਂ, ਤੇਜ਼ ਜੀ ਪੱਤੀ ਚੀਨੀ ਪਾ ਕੇ ਨਾ, ਵਧੀਆ ਦੁੱਧ ਪਾ ਕੇ, ਫਿਰ ਸਰੀਰ ਸੈੱਟ ਹੋਊ। ਉਹ ਪੁੱਤ ਚਾਹ ਦੇ ਮਾਰ ਗੋਲੀ ਰੋਟੀਆਂ ਦੇਖ ਜੇ, ਰੋਟੀਆਂ ਪਈਆਂ ਨੇ ਰੋਟੀਆਂ, ਚਾਹੇ ਮੈਨੂੰ ਤਾਂ ਮਿਰਚ ਨਾਲ ਲਿਆ ਦੇ, ਭੁੱਖ ਲੱਗ ਰਹੀ ਹੈ ਪੁੱਤ, ਕਿਹੜੇ ਵੇਲੇ ਦੇ ਲਿਕੜੇ ਹੋਇਆ ਕਰੋ। ਦੇਖਦੇ ਹਾਂ ਜਾ ਕੇ ਰਸੋਈ 'ਚ, ਹਲੇ ਤੁਸੀਂ ਇਹ ਸ਼ੁਕਰ ਕਰੋ, ਜਾਂਦੇ ਜਾਂਦੇ ਉਹ ਗੇਟ ਖੁੱਲ੍ਹਾ ਛੱਡ ਗਏ, ਪਰ ਕੰਜਰਾਂ ਨੂੰ ਜਮੀ ਨਹੀਂ ਹੈਗਾ ਨਾ, ਚਾਹੇ ਪਿੱਛੋਂ ਚੋਰ ਬੜਬੜ ਨਿਕਲ ਜਾਣ। ਉਹ ਪੁੱਤ ਕੀ ਆ, ਕੀ ਚੋਰ ਚੱਕ ਕੇ ਲਿਜਾਣਗੇ, ਮੈਂ ਤਾਂ ਮਲੰਗੇ ਕਹੂੰਗਾ ਉਹਨੂੰ, ਆ ਫਿਰ ਕਹੇਗੀ ਵੀ ਮੇਰੇ ਬਾਪੂ ਨੂੰ ਕਹਿੰਦਾ ਕੁਛ, ਹੈ ਵੀ ਚੰਗੇ ਕੰਮ ਕਰਦਾ ਤੂੰ ਇਹ, ਉਹਨੂੰ ਭੂਤ ਨਹੀਂ ਇੱਥੇ ਲਈ ਬੈਠਾ, ਤੂੰ ਆਪਦੇ ਘਰੇ ਜਵਾਕਾਂ 'ਚ ਬੈਠ ਦੱਸ, ਸਿਆਣਿਆ ਬਹਿਣਾ ਹੋ ਕੇ ਕੀ ਕੰਮ ਕਰਦਾ। ਹਲੇ ਬਾਪੂ ਜੀ ਆਪਾਂ ਨੂੰ ਕੀ ਪਤਾ ਕਿੱਥੇ ਨੇ, ਉਹਦੇ ਨਾਲ ਨੇ ਜਾਂ ਫਿਰ ਕਿੱਥੇ ਨੇ, ਨਾ ਤਾਂ ਆਹ ਦੋਨੋਂ ਜਨਾਨੀਆਂ ਦਾ ਪਤਾ, ਨਾ ਆਹ ਮੁੰਡਿਆਂ ਦਾ ਪਤਾ ਕਿੱਥੇ ਨੇ, ਊਈ ਵਾਰ ਬੇਵਾਰ ਸੋ ਰਹੇ ਨੇ ਭਾਈ ਉਹ ਤਾਂ ਬੇਵਾਰ। ਚਲੋ ਛੱਡੋ ਪਰਾ ਬਾਪੂ ਜੀ, ਮੈਂ ਲਾਉਂਦੀ ਹਾਂ ਦੋ ਦੋ ਫੁਲਕੇ ਆਪਣੇ ਵਾਸਤੇ, ਦੇਖਦੀ ਹਾਂ ਕੀ ਪਿਆ ਰਸੋਈ 'ਚ ਕੀ ਨਹੀਂ, ਮੈਂ ਤਾਂ ਨਹੀਂ ਪਤਾ ਉਹ ਮਹਾਰਾਣੀ ਕੁਛ ਰੱਖਦੀ ਵੀ ਹੋਣੀ ਆ ਰਸੋਈ 'ਚ, ਰਾਸ਼ਨ ਪੱਤਾ ਰੱਖਦੀ ਆ ਪੁੱਤ, ਉਹਦਾ ਕਿਹਦੀ ਫੋਨ ਕਰ ਲਾ ਤਾਂ ਵੀ ਦੇਖ ਲਾ ਅਸੀਂ ਬਾਹਰ ਗਏ ਹੋਏ ਹਾਂ, ਹੈਂ ਆ ਜਾ ਕਿਤੇ ਤਾਂ ਨਹੀਂ ਉਰੇ ਘਰੇ ਖੜਦੇ ਹੈਗੇ, ਬਾਹਰ ਅੜੀ ਅੜਾ ਰਹਿੰਦਾ, ਅੱਜ ਪਤਾ ਨਹੀਂ ਕਿਵੇਂ ਸਬੱਬੀ ਵਾਰ ਖੁੱਲ੍ਹਾ ਪਿਆ ਰਿਹਾ ਇਹਨਾਂ ਦਾ, ਮੈਨੂੰ ਲੱਗਦਾ ਟੈਨਸ਼ਨ ਟੈਨਸ਼ਨ ਬੂਹਾ ਖੁੱਲ੍ਹਾ ਛੱਡ ਕੇ ਬਾਕੀ ਨਹੀਂ ਮੁੜਨਾ, ਆਪਾਂ ਨੂੰ ਵੀ ਬਾਹਰੇ ਪੈਂਦਾ ਜਿੱਦਾਂ ਇੱਥੋਂ ਜਿਵੇਂ ਉਹ ਖੇਤੋਂ ਮੁੜ ਕੇ ਆਏ ਆਪਾਂ, ਕਹਿੰਦਾ ਮੁੜਨਾ ਇੱਥੋਂ ਵੀ ਇਹੀ ਪੈਂਦਾ ਆਪਾਂ ਨੂੰ ਬਾਹਰ। ਚਲੋ ਬਾਪੂ ਜੀ ਤੁਸੀਂ ਕਰੋ ਆਰਾਮ, ਮੈਂ ਦੇਖੀ ਦੇਖ ਲਾ ਭਾਈ ਦੇਖ ਲਾ, ਸਹੁਰਿਆਂ ਨੇ ਲਹੂ ਪੀ ਲਿਆ, ਲਹੂ ਨਹੀਂ ਪੀ ਲਿਆ ਕੰਜਰ ਨੇ, ਦੂਜਾ ਲਹੂ ਆ ਕੁੜੀ ਨੇ ਇਹਨੇ ਪੀ ਲਿਆ, ਜਮੀ ਨਹੀਂ ਖੜਦੀ ਹੈਗੀ, ਬਾਪੂ ਉੱਥੇ ਚੱਲ, ਬਾਪੂ ਉੱਥੇ ਚੱਲ, ਮੇਰੀ ਗੜੀਰਾ ਬਣਾ ਰੱਖਿਆ ਨੇ ਸੋਰੀ ਨੇ, ਗੜੀਰਾ ਨਹੀਂ ਬਣਾ ਰੱਖਿਆ, ਗੱਲ ਆ ਕੋਈ ਵੀ ਤੂੰ ਚੁੱਪ ਕਰਕੇ ਬਹਿ ਜਾ ਆਪਦੇ ਘਰੇ, ਉਹ ਘਰੀ ਆਉਣਗੇ, ਲੱਗ ਜੂ ਸੁਨੇਹਾ ਤੈਨੂੰ ਜਦ ਆ ਗਏ,
ਫੋਨ ਕਰ ਦੇਣਗੇ ਬਥੇਰਾ ਵੀ ਅਸੀਂ ਆ ਗਏ। ਐਡਾ ਕਿਹੜਾ ਕੰਜਰ ਉਹ ਜੰਗ ਜਿੱਤ ਕੇ ਆਏ ਨੇ ਵੀ ਹਾਂ ਸੁਨੇਹਾ ਲੱਗੂਗਾ ਤੈਨੂੰ। ਮਾੜੀ ਕਰਤੂਤ ਆ ਉਹਨਾਂ ਦੀ ਸਾਲਿਆਂ ਦੀ, ਮਾੜੀ ਕਰਤੂਤ ਦਾ ਇਹੀ ਫਲ ਹੁੰਦਾ ਜਿਵੇਂ ਕਹਿੰਦੇ ਨੇ ਸਿਆਣੇ ਨੇ ਕਿਹਾ ਯਾਰ ਪਾਓਏ ਥੱਕ ਗਿਆ ਮੈਂ ਤਾਂ। ਹਾਂਜੀ ਮੈਡਮ ਆ ਜਾਓ ਕਰਾਂ ਜੀ। ਆ ਤਾਂ ਮੈਂ ਜਾਊਂਗੀ, ਮੈਨੂੰ ਐਂ ਦੱਸ ਦੇ ਰਾਮ ਲਾਲ ਕਰਦਾ ਕੀ ਫਿਰਦਾ ਤੂੰ, ਕਿ ਤੂੰ ਇਹਨਾਂ ਫਸਾ ਕੇ ਰੱਖਦੀ, ਮੇਰੀ ਵੀ ਨੌਕਰੀ ਦਾ ਸਵਾਲ ਹੈ। ਨਹੀਂ ਨਹੀਂ ਮੈਡਮ, ਪਤਾ ਕੀ ਹੈ ਜੀ, ਮੈਨੂੰ ਐਂ ਹੁੰਦਾ ਵੀ ਬੰਦਾ ਬਿਨ ਠਾਣੇ ਚੌਂਕੀ ਲਿਜਾਏ ਸੁਧਰ ਜੇ, ਇੱਥੇ ਹੋ ਜੇ ਬਹੁਤ ਹੈ ਨਾ। ਤੂੰ ਕਰੀ ਕੀ ਜਾਂਦਾ, ਤੂੰ ਇੱਕ ਧਰ ਦਾ ਪੱਖ ਲੈ ਲੈ, ਹੈਂ ਦੋਨੇ ਪਾਸੇ ਤੁਰਿਆ ਫਿਰਦਾਗਾ। ਇੱਕ ਧਰ ਦਾ ਪੱਖ ਲੈਣ ਵਾਲੇ ਦੋਵੇਂ ਬੰਦੇ ਨਹੀਂ ਹੈਗੇ ਜੀ ਤੁਸੀਂ। ਕਿਉਂ ਨਾ ਦੇਖੇ ਨੇ ਤੁਸੀਂ ਨੇ ਜੀ? ਐਂ ਤਾਂ ਮੈਨੂੰ ਪਤਾ ਹੈਗਾ ਵੀ ਦੋਨੇ ਹਰਾਮੀ ਨੇ, ਕੋਈ ਘੱਟ ਨਹੀਂ ਹੈਗਾ। ਹੁਣ ਜਿਹੜੀ ਤੁਹਾਡੀ ਭੂਆ ਦੇ ਫੁੱਫੜ ਉਹਰੀ ਆ ਗਏ, ਫੁੱਫੜ ਤੁਹਾਡਾ ਬੰਦਾ ਸਿੱਧਾ ਸੱਦਾ, ਤੁਹਾਡੀ ਭੂਆ ਦੇ ਮੱਗਰ ਬਹੁਤ ਟੇਢੇ ਨੇ। ਟੇਢੇ ਨਹੀਂ ਹੈਗੇ, ਤੈਨੂੰ ਨਹੀਂ ਪਤਾ ਹੈਗਾ ਬਹੁਤ ਕੁਛ ਚੱਲਦਾ ਇਹਨਾਂ ਦੇ ਘਰ 'ਚ, ਕੋਈ ਸਿੱਧਾ ਨਹੀਂ ਹੈਗਾ। ਤੈਨੂੰ ਲੱਗਦਾ ਫੁੱਫੜ ਸਿੱਧਾ ਹੈਗਾ? ਫੁੱਫੜ ਐਂ ਸਿੱਧਾ ਨਹੀਂ, ਫੁੱਫੜ ਨੂੰ ਕੰਮ ਕਰਨ ਦਾ ਢੰਗ ਹੈ, ਨੰਬਰਦਾਰ ਸਾਹਿਬ ਨੂੰ ਕੰਮ ਕਰਨ ਦਾ ਢੰਗ ਹੈ। ਉਹ ਤਾਂ ਠੀਕ ਹੈ ਤੇਰੀ ਗੱਲ, ਪਰ ਹੁਣ ਕਰੀਏ ਕੀ ਦੱਸ ਤਾ ਸਹੀ, ਹੁਣ ਕਰਦਾ ਕੀ ਫਿਰਦਾ ਤੂੰ, ਮੈਨੂੰ ਉਹ ਤਾਂ ਪੱਲੇ ਪਾ ਦੇ ਮੇਰੇ। ਜਿਹੜਾ ਮੰਗੇ ਹੋਰੀ ਆ ਗਏ ਉਹ ਉਈ ਉੱਤੋਂ ਉੱਤੋਂ 420 ਕਰਦੇ ਫਿਰਦੇ ਨੇ ਹਰੇਕ ਨਾਲ ਨਾ। ਹੁਣ ਮੈਨੂੰ ਇਹ ਦੱਸ ਮੰਗੇ ਹੋਰਾਂ ਨੂੰ ਕੀ ਗੱਲ ਕਹਿ ਕੇ ਛੱਡਿਆ, ਮੈਨੂੰ ਦੱਸ ਦੇ। ਨਹੀਂ ਛੱਡਿਆ ਤਾਂ ਉਹਨੂੰ ਉੱਪਰ ਤੱਕ ਜਵਾਬ ਦੇਣਾ ਹੈਗਾ, ਪਰਚੇ ਹੁਣ ਦੋਨਾਂ 'ਤੇ ਹੋ ਗਏ, ਪਹਿਲਾਂ ਇੱਕ 'ਤੇ ਤੀ ਹੁਣ ਦੋਨਾਂ 'ਤੇ ਹੋ ਗਿਆ। ਤੁਸੀਂ ਐਂ ਦੱਸੋ ਮੈਨੂੰ ਅੱਜ ਤੱਕ ਤੁਹਾਡੀ ਕਦੇ ਪਿੱਠ ਲੱਗਣ ਦਿੱਤੀ ਹੈ ਜੀ? ਹੁਣ ਲੱਗ ਜੂ, ਨਹੀਂ ਲੱਗੂਗੀ। ਕਮਾਲ ਕਰ ਦਿਓ ਮੈਡਮ ਜੀ ਤੁਸੀਂ। ਮੈਨੂੰ ਐਂ ਦੱਸ ਹੁਣ ਭੂਆ ਨੂੰ ਲੈ ਕੇ ਜਾਣਾ ਅੱਜ? ਨਾ ਨਾ, ਭੂਆ ਤੋਂ ਕੀ ਕਰਾਉਣਾ ਉੱਥੇ ਜੀ। ਹੁਣ ਦੋਨਾਂ ਧਿਰਾਂ ਨੂੰ ਬਿਠਾ ਕੇ ਸਮਝਾ ਦਿੰਦੇ ਹਾਂਗੇ, ਗੱਲ ਖਤਮ। ਇੱਕ ਧਿਰ ਨੂੰ ਸਮਝਾਉਣਾ, ਦੂਜੀ ਧਿਰ ਆਊਗੀ ਸ਼ਾਮ ਨੂੰ ਜਾਂ ਕੱਲ੍ਹ ਨੂੰ ਸਵੇਰੇ। ਅੱਛਾ, ਮੰਗੇ ਹੋਰੀ ਆਪੇ ਆਉਣਗੇ ਮੇਰੇ ਇੱਕ ਘੰਟੀ ਮਾਰੇ ਤੋਂ। ਚੱਲ ਠੀਕ ਹੈ ਜੀ, ਨਾ ਕੋਈ ਗੱਲ ਨੀ, ਹੋਰ ਭੈਣੇ ਠੀਕ ਹੋ? ਗੇੜਾ ਮਾਰ ਆਈ ਮੈਂ ਕਿਹਾ ਬਾਈ। ਚਲੋ ਵਧੀਆ ਗੱਲ ਆ ਭੈਣੇ। ਹਾਂ ਚਲ ਪੁੱਛ ਆਈਏ, ਹੋਰ ਭੂਆ ਸਾਡਾ ਹਾਲ ਚਾਲ ਤਾਂ ਹੁਣ ਤੈਨੂੰ ਪਤਾ ਹੀ ਹੈ ਠੀਕ ਹੈ, ਜਿਹੜੇ ਸਾਨੂੰ ਬੰਦੇ ਫੜਾਏ ਨੇ ਉਹਨਾਂ ਦਾ ਹਾਲ ਚਾਲ ਦੱਸ ਕਿਵੇਂ? ਉਹ ਤਾਂ ਰਿੰਗਦੇ ਫਿਰਦੇ ਸੀਗੇ। ਕਿਉਂ ਰਾਮ ਲਾਲ? ਉਹ ਤਾਂ ਹੱਥ ਬੰਨ ਰਹੇ ਸੀ, ਕਹਿੰਦੇ ਜਿਵੇਂ ਨਿਬੜ ਦਾ ਨਿਬੇੜ ਦਿਓ। ਅੱਛਾ, ਉਹਨੂੰ ਪਤਾ ਫਿਰ ਯਾਰੀ ਦੋਸਤੀ ਦਾ ਵੀ ਸਵਾਲ ਹੈ, ਨਿਬੇੜਨੀ ਨਹੀਂ ਹਲੇ ਆਪਾਂ ਨੇ। ਪਤਾ ਕਿ ਜੇ ਨਿਬੜ ਗਿਆ ਫਿਰ ਤਾਂ ਗੱਲ ਖੂਹ ਚ ਆ ਜੀ। ਰਾਮ ਲਾਲ ਇੱਧਰ ਹੋ ਜਾ ਬੈਠਣ ਦੇ ਵੀਰੇ ਨੂੰ, ਇੱਧਰ ਹੋ ਜਾ। ਚਲ ਨਾ ਕੋਈ ਗੱਲ ਨਹੀਂ, ਮੈਂ ਤਾਂ ਠੀਕ ਆ। ਮੈਂ ਬਾਈ ਬਾਈ ਕੋਈ ਨਾ, ਨਾ ਕੋਈ ਗੱਲ ਨਹੀਂ, ਚਲ ਕੋਈ ਨਾ, ਡੰਡੇ ਡੁੰਡੇ ਪੈ ਗਏ ਹਨਾ, ਗੁੱਸਾ ਨਾ ਕਰੀ। ਨਾ ਉਹ ਤਾਂ ਕੋਈ ਗੱਲ ਨਹੀਂ, ਬਾਈ ਬਾਈ ਆਰਾਮ ਨਾਲ ਫੈਜ਼ਲ ਘਰ ਦੀ ਤਾਂ ਗੱਲ ਹੈ। ਤੂੰ ਤਾਂ ਮੇਰੇ ਬਰੋਬਰ ਬਹਿ ਗਿਆ ਪੁਲਿਸ ਵਾਲਾ। ਚੱਲ ਕੋਈ ਨਾ ਬੇਬੇ, ਫਿਰ ਕੀ ਕਹਿੰਦਾ? ਜਵਾਕ ਹੀ ਆ ਭੂਆ ਜੀ। ਚੱਲ ਐਂ ਤਾਂ ਠੀਕ ਆ, ਫਿਰ ਵੀ ਤੇਰਾ ਆਉਂਦਾ ਫਿਰ ਵੀ ਮੇਰੇ ਨਾਲ ਉੱਚਾ। ਓਏ ਨਹੀਂ, ਆਉਂਦੇ ਉੱਥੇ ਨੇ, ਹਾਂ ਆਪਾਂ ਆਪਦੇ ਮੋਟਰ ਤੇ ਖੇਤ ਆ। ਠੀਕ, ਫਿਰ ਠੀਕ ਹੈ। ਹੈਂ ਭੂਆ, ਅਸਤਾ ਤੈਨੂੰ ਐਂ ਕਹਿਣਾ ਆਏਗੇ ਵੀ ਦੇ ਜਿਹੜਾ ਪਰਚਾ ਤੁਸੀਂ ਦਿੱਤਾ ਹੋਇਆ ਗਾ, ਹੁਣ ਉਹ ਤੁਸੀਂ ਵਾਪਸ ਲੈ ਲਓ। ਐਵੇਂ ਕਾਹਦੇ ਕੀ ਪਿਛ ਫਾਇਦਾ ਲੜਾਈ ਕਲੇ? ਨਾ ਬਈ ਭੈਣੇ, ਤੇ ਇਹ ਗੱਲਾਂ ਨਹੀਂ ਹੈਗੀਆਂ। ਨਾ ਨਾ, ਇਹ ਤਾਂ ਦੇਖ ਸਾਡੀ ਕੋਰੀ ਨਾ ਆਏ ਤੇ ਤਾਂ।
ਬਈ ਫਿਰ ਗਾਹਾਂ ਦੀ ਗਾਹਾਂ ਗੱਲ ਵਧੂਗੀ, ਕੋਈ ਫਾਇਦਾ ਨਹੀਂ ਹੈਗਾ ਉਹ ਚੀਜ਼ਾਂ ਚ, ਦੇਖ ਲੈ ਬਾਅਦ ਜਾਣ ਦੋ, ਲੱਖਾਂ ਚ ਜਾਊ ਗੱਲ, ਚਾਹੇ ਕਰੋੜਾਂ ਚ ਜਾਣ ਦੋ। ਮੰਨੋ ਤੁਸੀਂ ਮੱਗਰ ਦੀ ਗੱਲ ਸਹੀ ਆ, ਕਿਉਂ ਹਲੇ ਕਿਹੜਾ ਮਹੀਨਾ, ਦੋ ਮਹੀਨੇ ਚੱਲਣ ਦੋ, ਦੋ ਚਾਰ ਤਰੀਕਾਂ ਪੈਣ ਦੋ। ਤਰੀਕਾਂ ਉਹ ਅੱਗੇ ਲਾਤਾ ਆਪਾਂ ਨੇ, ਤੁਹਾਡੀ ਜ਼ਬਾਨ ਤਾਂ ਆਪਾਂ ਨੇ ਬਾਹਰ ਦੀ ਬਾਹਰ ਹੀ ਕਰਵਾਉਣੀ ਆ ਬਸ। ਤੁਸੀਂ ਦੋ ਫਰਦਾਂ ਲਿਆਇਓ, ਤੁਹਾਡੀ ਦੋਵਾਂ ਦੀ ਜ਼ਬਾਨ ਤਾਂ ਪਰਚਾ ਅੱਗੇ ਚੱਲੂਗਾ, ਪੰਜ ਚਾਰ ਤਰੀਕਾਂ ਪੈਣ ਦੇ, ਦੇਖੀ ਫਿਰ ਲੀਕਾਂ ਕੱਢਦੇ ਪੂ। ਉਹ ਮੈਂ ਕੋਈ ਸਕੀਮ ਮਾੜੀ ਮੋਟੀ ਨਹੀਂ ਬੁਣੀ, ਬਹੁਤ ਲੰਬੀ ਤਰ੍ਹਾਂ ਕਰੀ ਇਹ। ਮੇਰੀ ਗੱਲ ਸੁਣ ਲੈ, ਤੇਰੀ ਸਕੀਮ ਤੇਰੇ ਕੋਲ ਹੈ, ਅਸੀਂ ਨਹੀਂ ਗੇੜੇ ਲਾ ਸਕਦੇ ਠਾਣੇ ਠੂਣੇ 'ਚ। ਤੁਸੀਂ ਜਾਣਾ ਵੀ ਕਿਤੇ ਨਹੀਂ, ਠਾਣੇ ਥੋੜ੍ਹੀ ਜਾਣਾ, ਨਾ ਅਸੀਂ ਬਈ ਕਚਹਿਰੀ ਜਾਈਏ, ਕਿਤੇ ਨਹੀਂ ਜਾਣਾ। ਜੱਜ ਨੂੰ ਉਰੇ ਲੈ ਆਵਾਂਗੇ, ਹੈਨਾ, ਸਾਰੀ ਕਚਹਿਰੀ ਉਰੇ ਲੈ ਆਵਾਂਗੇ, ਗੱਲ ਖਤਮ। ਜਦੋਂ ਰਾਮ ਲਾਲ ਬੈਠਾ ਭਲਾ ਕੀ ਕਿਤੇ ਜਾਣ ਦੀ ਲੋੜ ਹੈ ਜੀ। ਹਾਂ ਕੋਈ ਗੱਲ ਹੋਣੀ ਜ਼ਰੂਰ ਹੈ, ਇਹ ਤਾਂ ਗੱਲ ਤੇਰੀ ਸੱਚੀ ਹੈ। ਗੱਲ ਚ ਦਾਮਾ ਲਾਲੂ ਦੀ ਜਗਾਂ ਦਾਮਾ ਜੀ ਹੈ ਲਾਲ ਸਿਆ। ਫਿਰ ਦੱਸ ਕੋਈ ਕੀ ਕਿਵੇਂ ਆਇਓ ਫਿਰ ਤੁਸੀਂ ਅੱਜ, ਦੱਸੋ ਪਹਿਲਾਂ ਤਾਂ। ਮੈਂ ਮਿਲਣ ਆ ਗਏ ਤੈਨੂੰ, ਮਹਾ ਚੱਲ ਖੇਤ ਗੇੜਾ ਮਾਰੀਏ, ਨਾਲੇ ਨਾਲੇ ਦੇ ਕੀ ਸੋਹਣੀ ਹਵਾ, ਨੈਚੁਰਲ ਹਵਾ, ਤੇ ਕਿੰਨਾ ਸੋਹਣਾ ਵਾਤਾਵਰਨ, ਉੱਥੇ ਅੰਦਰ ਏਸੀਆਂ 'ਚ ਬੈਠੇ ਰਹਿਣਾ ਜਾਂ ਦੋ ਨਾ ਬਾਜ਼ਾਰ ਤਾਂ ਨਾ ਪਾ, ਸਿੱਧੀ ਸਿੱਧੀ ਉਹ ਕੇ ਗੱਲ ਦੱਸ ਦੇ, ਜਿਹੜੇ ਕੰਮ ਆਏਗੇ ਉਹ ਗੱਲ ਕਰ। ਹਾਂ ਗੱਲ ਕਰੋ ਜੀ। ਹਾਂ ਹੋਰ ਕੀ ਕੰਮ ਹੈ? ਕੋਈ ਨੀ, ਕੰਮ ਵੀ ਕਰਾਂਗੇ ਮੈਡਮ ਜੀ, ਇੱਕ ਤਾਂ ਅਸੀਂ ਤੱਤੇ ਵਾਲੇ ਚੱਲ ਪਏ। ਮੇਰੇ ਕੋਲ ਟਾਈਮ ਨਹੀਂ ਹੈਗਾ ਫਾਲਤੂ, ਕਿਸੇ ਰਿਸ਼ਤੇਦਾਰ ਵਾਸਤੇ ਟਾਈਮ ਨਹੀਂ ਹੈਗਾ ਮੇਰੇ ਕੋਲ, ਮੈਂ ਤਾਂ ਊਂ ਦੋ ਮਿੰਟ ਖੜ ਗਈ ਨਹੀਂ ਖੜ ਗਈ ਤਾਂ ਤਰਦੀ ਲੱਗਦੀ ਹਾਂ ਮੈਂ। ਹੱਦ ਹੋ ਗਈ, ਕਹਿੰਦੀ ਕਿਸੇ ਰਿਸ਼ਤੇਦਾਰ ਕਿਸੇ ਦੀ ਹੋ ਗਏ, ਹੁਣ ਕਮਾਲ ਕਰਦੀ ਆ, ਦੋ ਪੈਸੇ ਦੀ ਨੌਕਰੀ ਦੇ ਕਾਹਦੀ ਲੱਗੀ ਆ, ਡਿਊਟੀ ਦਾ ਕੰਮ ਹੈ ਮੇਰਾ, ਗੱਲ ਸਮਝਣ ਲੱਗ ਗਈ ਸਾਨੂੰ ਤਾਂ ਤੂੰ। ਲੈ ਮੇਰੇ ਘਰੇ ਆਓ ਤੁਸੀਂ, ਲੈ ਕਿੰਨੀ ਸੇਵਾ ਕਰੂੰਗੀ ਮੈਂ ਤੁਹਾਡੀ। ਮੈਡਮ ਤੁਹਾਡੇ ਕੋਲੇ ਟਾਈਮ ਨਹੀਂ, ਇਹਨਾਂ ਕੋਲੇ ਫਿਰ ਕਿੱਥੋਂ ਟਾਈਮ ਆ ਗਿਆ? ਤੂੰ ਕੰਮ ਦੱਸ ਇਹਨਾਂ ਨੂੰ, ਬਸ ਚੁੱਪ ਕਰ ਜਾ, ਦੇਖ ਲਾ ਪੂਆ ਰਿਸ਼ਤੇਦਾਰ ਵੀ ਬਸ ਹੁਣ ਪੈਸੇ ਦੇ ਰਹੇ, ਪੈਸੇ ਨੇ ਖੋਤੀ ਰਿਸ਼ਤੇਦਾਰੀ, ਕਾਹਨੂੰ ਛੇੜੇ ਛੇੜਦਾ ਪੈਸੇ, ਜਿਹੜਾ ਕੋਈ ਮੇਰੇ ਵਰਗਾ ਕਿਸੇ ਵਾਸਤੇ ਫਿਰਦਾ ਉਹਨੂੰ ਮੈਨੂੰ ਕੀ ਕਹਾਂ ਤੂੰ ਪੂਆ, ਲੱਖਾਂ ਰੁਪਏ ਅੱਜ ਕੱਲ ਦਾ ਜਿਹੜਾ ਸਮਾਂ ਨਾ ਬਈ, ਜਿਹਦੀ ਜੇਬ 'ਚ ਦੋ ਪੈਸੇ ਹੈਗੇ ਨੇ ਉਹਨੂੰ ਤਾਂ ਹਰੇਕ ਹੀ ਸਲਾਮਾਂ ਕਰਦਾ, ਜਿਹਦੇ ਕੋਲੇ ਹੈ ਨਹੀਂ ਉਹ ਤਾਂ ਕਦੀ ਛਿੱਤਰ ਕੱਢਦਾ ਹਰੇਕ। ਹੁਣ ਤੁਸੀਂ ਦੱਸੋ ਸਲਾਮ ਕਰਨੇ ਕਿ ਛਿੱਤਰ ਕੱਢਣਾ ਸਾਡੇ ਕਿ ਨਹੀਂ? ਹਾਂ ਦੋਏ ਕੰਮ ਹੋ ਸਕਦੇ ਨੇ ਬਾਈ। ਆਪਾਂ ਤਾਂ ਤੈਨੂੰ ਪਤਾ ਪਹਿਲਾਂ ਜੋ ਕੁਝ ਹੋ ਗਿਆ ਠੀਕ ਆ, ਹਾਂ ਹੁਣ ਤਾਂ ਆਪਾਂ ਭਲਾ ਕਰਦੇ ਫਿਰਦੇ ਆ। ਅੱਛਾ ਹੁਣ ਤਾਂ ਮੈਨੂੰ ਐ ਵੀ ਤੁਹਾਡੀ ਦੋਵੇਂ ਧਰਾਂ ਦੀ ਬਣੀ ਰਹੇ ਜੇ। ਦੇਖੋ ਮੁਲਾਜ਼ਮ ਸਾਹਿਬ, ਮੈਂ ਤਾਂ ਸੌ ਤਰੀਕੇ ਸੁਣਾ ਦਿੰਦਾ, ਅਸੀਂ ਨਾ ਤਾਂ ਰਾਜੀ ਬੰਦਾ ਅੱਜ ਕਰੀਏ, ਨਾ ਕਰੇ ਰਾਜੀ ਬੰਦਾ ਕੱਲ ਨੂੰ, ਸਾਡੇ ਕਹਿੰਦਾ ਜਿੱਥੇ ਮਰਜ਼ੀ ਕੇਸ ਵਗ ਜਾਏ ਉੱਥੇ ਤੱਕ ਲੈ ਕੇ ਜਾਵਾਂਗੇ। ਮੈਂ ਫਿਰ ਮੈਂ ਚੱਲ ਰਿਹਾ ਤੁਹਾਡੇ ਨਾਲ, ਖੜਾ ਮੈਂ ਤੁਹਾਡੇ ਨਾਲ। ਹਾਂ ਅਸੀਂ ਨੇ ਬਈ, ਅਸੀਂ ਤਾਂ ਨਿਮੇੜ ਕੇ ਰਾਜੀ ਨਹੀਂ ਹੈਗੀ। ਚਲੋ ਫਿਰ ਉਹ 10,000 ਵਾਲੀ ਉਹ ਗੱਲ ਕਰ ਲਾ। ਕੀ 10,000 ਦੀ? ਕੇਸ ਕਰ ਲਿਆ, ਅੱਗੇ ਲੈ ਕੇ ਜਾਵਾਂਗੇ। ਅੱਛਾ ਕੱਲ ਨੂੰ ਫਰਦਾ ਫੁਰਦਾ ਲਿਆ ਕੇ ਤੁਹਾਡੀ ਜ਼ਬਾਨ ਤਾਂ ਆਪਾਂ ਵਕੀਲ ਨਾਲ ਗੱਲ ਕਰ ਲਈ, ਉਹ ਕਹਿੰਦਾ ਵੀ ਆਹ ਚੀਜ਼ ਮੈਨੂੰ ਭੇਜ ਦਿਓ, ਦੋ ਬੰਦੇ ਹੋਣਗੇ, ਜ਼ਬਾਨਤਾ ਕਰਾ ਕੇ ਤੂੰ ਘਰੀ ਬੈਠਾ, ਬਾਹਰ ਦੀ ਬਾਹਰ ਤੇਰੀ ਜ਼ਬਾਨਤਾ ਉਹ ਅੰਦਰ ਨੇ, ਠੀਕ ਆ? ਉਦੋਂ ਬਾਅਦ ਉਹ ਜ਼ਬਾਨਤਾ ਕਰਾਉਣਗੇ, ਨਾ ਕਰਾਉਣਾ ਆਪਾਂ ਨੂੰ ਠੇਕਾ ਨੀ, ਨਾ ਆਪਾਂ ਨੇ ਉਹਦਾ ਕੋਈ ਕੋਈ ਲੱਖਾਂ ਨਹੀਂ ਉਹਨਾਂ ਨਾਲ। ਉਸ ਤੋਂ ਬਾਅਦ ਵਕੀਲ ਕਹਿੰਦਾ ਵੀ ਆਪਾਂ ਲਾਵਾਂਗੇ ਕੇਸ, ਕੁੱਟਮਾਰ ਦਾ ਵੀ ਲੱਗੂਗਾ, ਮੇਨ ਗੱਲ ਤੇ ਆ ਜਾ ਰਾਮ ਲਾਲ, ਮੈਂ ਤੈਨੂੰ ਕਦੋਂ ਦੀ ਕਹੀ ਜਾਂਦੀ ਆ। ਮੰਗਦਾ ਸੀਗਾ ਵਕੀਲ 15,000 ਰੁਪਏ ਆਪਾਂ ਤੋਂ ਪਹਿਲਾਂ ਕੇਸ ਲਾਈ ਦਾ, ਠੀਕ ਆ? ਉਹਨੂੰ ਮੈਂ ਖਿੱਚ ਧੂ ਕੇ ਕਹਿਤਾ, ਮਹਾ ਬੰਦੇ ਆਪਣੇ ਘਰ ਦੇ ਨੇ, ਮੈਂ ਤੂੰ ਕੇਰਾਂ ਤੋਰ, ਦੋ ਪੇਸੀਆਂ ਪਵਾਈ,
ਫਿਰ ਉਹ ਐਂ ਲਾਸਟ ਕਹਿੰਦੀ ਖੁਦੀ 12 ਤੇ ਮੈਂ ਉਹਨੂੰ 10 ਤੇ ਲਿਆਇਆ। ਦੇਖੋ ਜੀ ਮੇਰੀ ਗੱਲ ਸੁਣੋ ਮੁਲਾਜ਼ਮ ਸਾਹਿਬ, ਸੁਣਦਾ ਚਾਹ ਪਾਣੀ ਅਸੀਂ ਕਰਤਾ ਪਹਿਲਾਂ ਬਥੇਰਾ, ਹੁਣ ਸਾਡਾ ਗੁੜ ਮੁੱਕ ਗਿਆ। ਅੱਛਾ ਹਾਂ, ਚਾਹ ਵੀ ਮੁੱਕ ਗਈ ਸਾਡਾ ਗੁੜ ਵੀ ਮੁੱਕ ਗਿਆ, ਚੀਨੀ ਆਪਾਂ ਉਹਨਾਂ ਤੋਂ ਪਵਾ ਲਾਂਗੇ। ਐ ਚੱਲੀ ਉੱਠ। ਐ ਨਹੀਂ ਮੈਡਮ, ਇਹ ਕਹਿੰਦੇ ਤੁਸੀਂ ਗੱਲ ਸਮਝਿਆ ਕਰੋ, ਕਰਮ ਨਾ ਹੋਇਆ ਕਰੋ। ਇਹ ਐਂ ਕਹਿੰਦੇ ਨੇ ਵੀ ਊਂ ਚਾਹ ਪਾਣੀ ਗੁੜ ਮੁੱਕ ਗਿਆ, ਸ਼ੱਕਰ ਸੋਡਾ ਸਾਰਾ ਕੁਛ ਇਹਨਾਂ ਕੋਲੇ ਹੈਗਾ, ਇਹਨਾਂ ਨੇ ਉਹਨਾਂ ਦੀਆਂ ਲੀਕਾਂ ਕਢਾਉਣੀਆਂ ਨੇ, ਦਬਣਾ ਥੋੜੀ ਉਹਨਾਂ ਨੂੰ, ਲੀਕਾਂ ਕਢਾਉਣੀਆਂ ਨੇ ਫਿਰ ਸੁੱਕੀਆਂ ਨਹੀਂ, ਲੀਕਾਂ ਨਿਕਲਦੀਆਂ ਹੈਗੀਆਂ ਮਾੜੀ ਮੋਟੀ, ਜੇਬ ਵੀ ਢਿੱਲੀ ਕਰਨੀ ਹੁੰਦੀ ਹੈ। ਸਾਨੂੰ ਬਥੇਰਾ ਪਤਾ ਹੈ, ਪਹਿਲਾਂ ਕਿਹੜੇ ਜੇਬ ਅਸੀਂ ਢਿੱਲੀ ਨਹੀਂ ਕਰੀ ਵੀ ਹੁਣ ਨਹੀਂ ਕਰਾਂਗੇ, ਆਏ ਕਿਉਂ ਸਿਰੇ ਜਾਂਦੀ ਹੈ। ਆਹ ਮੂੰਹ ਨਹੀਂ ਸੀ ਤੁਹਾਡਾ ਜਦੋਂ ਮੈਂ ਆਹ ਮੱਗਰ ਨੂੰ ਚੱਕ ਕੇ ਲੈ ਕੇ ਗਏ ਤੇ, ਆਹ ਮੂੰਹ ਨਹੀਂ ਹੈਗਾ ਤੀ ਬੋਲਣ ਵਾਲਾ। ਇਹਨਾਂ ਨੇ ਕਿਹੜਾ ਮੈਡਮ ਬੇਇੱਜ਼ਤੀ ਕਰਾਉਣੀ ਆਪਾਂ ਨੇ, ਕੱਲ ਨੂੰ ਸਿਰ ਚੜਨਗੇ ਇਹਨਾਂ ਦੇ ਫਿਰ। ਮੈਂ ਤਾਂ ਕਹਿੰਦਾ ਲੈ ਲੈਣਾ ਵਾਪਸ, ਲੈ ਕੁਛ ਕਰ ਲੈਣਾ, ਮੈਂ ਤਾਂ ਉੱਥੇ ਬੈਠੀ ਲਿਖ ਕੇ ਦੇ ਦੂੰ। ਐਦਾਂ ਕਹਿੰਦਾ ਮੇਰੇ ਕੋਲ ਕੁਛ ਵੀ ਨਹੀਂ ਹੈਗਾ, ਮੈਂ ਇੱਥੋਂ ਨਹੀਂ, ਮੇਰੇ ਕੋਲ ਨਹੀਂ ਹੈਗਾ 10 ਹਜ਼ਾਰ ਰੁਪਏ, ਮੈਂ ਇਹਦਾ ਭਰਨੋਂ ਰਹੀ ਆਪਦੀ ਜੇਬ 'ਚੋਂ। ਨਾ ਜੀ ਨਾ, ਮੇਰੇ ਕੋਲ ਤਾਂ ਕੁਛ ਨਹੀਂ ਹੈਗਾ, ਬਾਕੀ ਵੇ ਭਾਅ ਜੀ ਤੇਰੇ ਕੋਲ ਹੈਗਾ ਤੂੰ ਦੇਖ ਲੈ ਕੁਛ। ਮਗਰ ਇੱਥੇ ਮੇਰੇ ਕੋਲ ਧਰੇ ਪਏ ਨੇ ਪੈਸੇ, ਪਰ ਪੈਸੇ ਤਾਂ ਘਰੇ ਨੇਗੇ, ਜਾ ਕੇ ਲਿਆ ਭਾਈ, ਚਾਬੀ ਮੇਰੇ ਉੱਥੇ ਪਈ ਹੈ ਪੇਟੀ ਦੇ ਦੋੜੇ ਥੱਲੇ, ਖੋਲ੍ਹ ਕੇ ਚਾਬੀ ਜਿੰਦਾ ਚੱਕ ਲਿਆ। ਅੱਛਾ, ਉਹ ਤਾਂ ਲਿਆਉਣੇ ਪੈਣਗੇ ਫਿਰ ਭਾਈ। ਮੈਨੂੰ ਐਂ ਦੱਸ, ਚੱਲ ਐਂ ਤਾਂ ਤੂੰ ਆ, ਮੈਂ ਨਹੀਂ ਕਹਿੰਦੀ, ਪਰ ਵਾਰੀ ਵਾਰੀ ਤਾਂ ਪੈਸੇ ਦਿਖਾਏ ਬਾਈ। ਦੇਖੋ ਮੁਲਾਜ਼ ਸਾਹਿਬ ਮੇਰੀ ਗੱਲ ਸੁਣ ਲਓ, ਕਹਿੰਦੇ ਨੇ 100 ਹੱਥ ਰੱਸਾ ਸਿਰੇ ਤੇ ਗੱਠ, ਤੁਹਾਨੂੰ ਅੱਜ ਦੇ ਤਾ 10 ਹਜ਼ਾਰ ਰੁਪਇਆ, ਸਾਡੀ ਮੋਟਰ ਤੇ ਮੁੜ ਕੇ ਨਾ ਆਜਿਓ। ਦੇਖ ਮੇਰੀ ਸੁਣ ਲਾ, ਠੀਕ ਆ ਨਾ ਗੱਲ, ਮੇਰੀ ਸੁਣ ਲਾ ਗੱਲ, ਸਾਨੂੰ ਪੈਸੇ ਦੀ ਲੋੜ ਨਹੀਂ, ਸਾਨੂੰ ਧੇਲੇ ਦੀ ਲੋੜ ਨਹੀਂ, ਸਾਨੂੰ ਤੇਰੇ ਕੋਲ ਆਉਣ ਦੀ ਲੋੜ ਨਹੀਂ। ਹਾਂ, ਜਿੱਥੇ ਦਿੱਤੋ ਜਾ ਜਾਂਦਾ ਉੱਥੇ ਵਗ ਜਾ, ਸਾਨੂੰ ਰੁਪਈਏ ਦੀ ਲੋੜ ਨਹੀਂ, ਅਸੀਂ ਕਿਹੜਾ ਜੇਬ 'ਚ ਪਾਉਣੇ ਆਪਦੇ। ਹਾਂ ਲੈ, ਉਹੀ ਤੇਲ ਫੂਕ ਫੂਕ ਕੇ ਅਸੀਂ ਤੁਰੇ ਫਿਰਦੇ ਤੁਹਾਡੇ ਮਗਰ, ਕੀ ਗੱਲ ਕੱਲ ਉਹ ਨਹੀਂ ਜਾ, ਮੈਂ ਕੋਈ ਨਹੀਂ ਬੇਬੇ ਲੈ ਆਉਣਾ ਜਾ ਕੇ, ਅਸਾਂ ਆਪਦਾ ਸਮਝ ਕੇ ਆਏ ਆਂਗੇ, ਚੱਲ ਵੀ ਰਾਜੀਨਾਮਾ ਕਰਾ ਦਿੰਨੇ ਆ ਵੀ ਛੱਡ ਕਾਲੇ ਵਾਸਤੇ, ਭੁਗਤਦੇ ਫਿਰੋ ਜੇਲਾ ਫਿਰ ਸਾਨੂੰ, ਕੀ ਹੱਥ ਨਾਲ ਹੀ ਚੱਲਣਾ ਕੰਮ। 10 ਲੈ ਆ ਚੁੱਪ ਕਰਕੇ, 10 ਅਗਸ ਨਹੀਂ ਜੇਬ 'ਚ ਪਾਉਣਾ, ਅਗਲੇ ਦੇ ਮੂੰਹ 'ਚ ਥੋੜਾ ਲੈ ਲ। ਮੈਡਮ ਤੁਸੀਂ ਸਹੀ ਕਹਿੰਦੇ ਦੀ ਜੀ, ਭਲਾ ਇਹਦਾ ਜਵਾਨਾ ਨਹੀਂ, ਨਾ ਜਾਣਾ ਜਾਣਾ ਲਿਆਉਣਾ ਜਾ ਕੇ ਲਿਆਉਣਾ ਬਦਲੂਗਾ। ਐ ਦੱਸੋ ਪਹਿਲਾਂ ਮੈਨੂੰ, ਮੈਂ ਤਾਂ ਕਹਿੰਦੀ ਚਾਰ ਪਟੇ ਲੱਗ ਹੀ ਲੈਣ ਦਿੰਦਾ, ਫੇਰ ਹੀ ਪਤਾ ਲੱਗਦਾ ਇਹਨੂੰ। ਲੱਭੂ ਮੈਂ ਮਰ ਗਈ, ਕੀ ਕਰਦਾ ਬੰਦਾ ਹੋ ਕੇ ਲੈ ਕਿਵੇਂ ਪਟੇ ਲਵਾਉਂਦੀ ਆ, ਆ ਮੁੰਡਾ ਤਾਂ ਫੈਸਲੇ ਕਰਾਉਂਦਾ ਫਿਰਦਾ, ਮੇਰੀ ਗੱਲ ਸ਼ਰਮ ਨਹੀਂ ਹੋਈ ਤੂੰ ਪਟੇ ਲਵਾਉਂਦੀ ਐ ਭੂਆ। ਮੇਰੀ ਗੱਲ ਸੁਣ, ਮੈਂ ਤਾਂ ਫਿਰ ਵੀ ਤੇਰਾ ਇਹਦਾ ਸਾਥ ਦਿੱਤਾ ਹੈਗਾ ਆਪਦੇ ਭਰਾ ਦਾ, ਹੈ ਜੇ ਮੈਂ ਚਾਹੁੰਦੀ ਨਾ ਇਹਨੂੰ ਛੁੱਟਣਾ ਨਹੀਂ ਤੇ ਜੇਲ੍ਹ ਤੋਂ ਛੁੱਟਣਾ। ਲੈ ਛੁੱਟਦਾ ਤਾਂ ਕਿਵੇਂ ਨਾ, ਬੜੇ ਬੜੇ ਬੈਲੀ ਛੁੱਟ ਜਾਂਦੇ ਨੇ, ਇਹਨੇ ਕੀ ਕਾਤਲ ਕਰਤਾ। ਨਹੀਂ ਨਹੀਂ ਮੈਡਮ ਦਾ ਸੁਭਾਅ ਬਹੁਤ ਸਖਤ ਆ ਜੀ, ਤੁਸੀਂ ਦੇਖੀ ਨਹੀਂ ਡਿਊਟੀ ਦੇ ਪ੍ਰਤੀ ਦਾ ਜੀ ਇਹਨਾਂ ਦਾ। ਬੇ ਫਿਰ ਡਿਊਟੀ ਤੇ ਹੋਊਗਾ, ਉਹਦੇ ਤਾਂ ਮੇਰੀ ਭਤੀਜੀ ਹੈ, ਸਾਡੀ ਕੁੜੀ ਹੈ, ਉਹਦੇ ਕੀ ਰੋਹ ਮੈਨੂੰ ਚੰਗੀ ਲੱਗਦੀ ਹੈ। ਤਾਂ ਹੀ ਬਚ ਗਿਆ ਮੇਰਾ ਭਾਈ, ਨਹੀਂ ਹੁਣ ਨੂੰ ਤਾਂ ਬੈਠਾ ਹੁੰਦਾ ਫਿਰ ਚੱਕੀ ਪੀਸਦਾ ਉੱਥੇ ਅੰਦਰ। ਨਹੀਂ ਫਿਰ ਤੇਰਾ ਸਾਨੂੰ ਕੀ ਆਸਰਾ ਇਹਨੇ ਚੱਕੀ ਪੀਸਣੀ ਦੀ, ਫਿਰ ਹੁਣ ਪੈਸੇ ਤਾਂ ਦੇਵੇ, ਪੈਸੇ ਮੈਂ ਆਪਣੇ ਜੇਬ ਤੋਂ ਦੇਣੋਂ ਰਹੀ ਭੂਆ। ਭੇਜ ਤਾਂ ਮੇਰੀ ਅੰਮਾ, ਭੇਜ ਤਾਂ ਪੈਸੇ ਲੈ, ਕੋਈ ਨਹੀਂ ਦੇ ਦੋ ਚੁੱਪ ਕਰਕੇ, ਐਂ ਕਹਿੰਦਾ ਸਾਨੂੰ ਪੁੱਟਾ ਸਿੱਧਾ ਬੋਲ ਦਿਓ। ਮੂੰਹ ਮੈਂ ਮਰ ਜਾ, ਆ ਸੰਧਾਰਾ ਕਿੱਥੋਂ ਆਇਆ ਬੈਠਾ, ਮੂੰਹ ਤਾਂ ਬੰਦ ਕਰ ਲਿਆ ਕਰ ਕਿਸੇ ਟਾਈਮ। ਐ ਨਹੀਂ ਬੋਲੀ ਦਾ ਹੁੰਦਾ, ਸਾਡੇ ਮੈਂ ਮੂੰਹ ਨਹੀਂ ਖੁੱਲਦੇ ਰਹਿੰਦਾ ਤੇਰਾ, ਆ ਕਲਦਾ ਹੈ ਨਹੀਂ, ਖੁੱਲੇ ਤਾਂ ਮੂੰਹ ਦੋਨਾਂ ਦੇ ਹੀ ਆ ਤੁਹਾਡੇ, ਫਿਰ ਤੁਸੀਂ ਗੁੱਸਾ ਕਰਦੇ, ਕੋਈ ਟਾਈਮ ਹੁੰਦਾ ਕੋਈ ਗੱਲ ਕਰਨ ਦਾ। ਕੁੜੀਏ ਤੈਨੂੰ ਪੁੱਛਣ ਵਾਲਾ ਹੋਵੇ ਕੋਈ, ਤੈਨੂੰ ਰਿਪੋਰਟ ਲਿਖਾਉਣ ਦੀ ਕੀ ਲੋੜ ਸੀ, ਸਾਫ ਸਾਫ ਹੁਣ ਦੱਸ ਦੋ, ਐ ਪਿੱਠ ਪਿੱਛੇ ਗੱਲਾਂ ਕਰਨ ਦਾ ਕੀ ਫਾਇਦਾ, ਨਾਲੇ ਇਹਨੇ ਕਿਹੜਾ ਉਦੋਂ ਜਾਣ ਕੇ
ਕਰਕੇ ਮਾਰਿਆ ਸੀਗਾ ਉਹ ਥੋੜੀ ਬੁੜੀ ਬੋਲਦੀ ਸੀ ਤਾਂ ਮਾਰਿਆ ਤੁਸੀਂ ਜਾ ਕੇ ਰਿਪੋਰਟ ਲਿਖਾਇਆ ਲੈ ਹੱਦ ਕਰਦੀ ਆ ਭਾਬੀ ਤੂੰ ਵੀ ਮੇਰੀ ਗੱਲ ਸੁਣ ਲੈ ਮੈਂ ਤਾਂ ਇਹਨੇ ਪਿਛੇਡਾ ਸਟੈਂਡ ਲਾ ਕੇ ਆਉਣਾ ਤੇ ਰਿਪੋਰਟ ਲਿਖਾਈ ਮੈਂ ਮਾੜੀ ਪਈ ਆ ਸਾਰੇ ਘਰ 'ਚ ਮੈਂ ਕਿਉਂ ਲਿਖਾਉਂਗੀ ਉਹਦੇ ਭਰਾ ਆ ਪਾਪੇ ਨੇ ਦੱਸਿਆ ਵੀ ਉਹ ਕੁੜੀ ਨੇ ਰਿਪੋਰਟ ਲਿਖਾਈ ਆ ਉਹ ਬੈਠਾ ਭਾਬਾ ਬਾਈ ਉਹਨਾਂ ਨੇ ਤਾਂ ਛੋਡੇ ਪਰੌਣੇ ਦੇ ਮੱਗਰ ਨੇ ਯਾਰ ਬੁੜੀ ਨੇ ਤਾਂ ਸਾਨੂੰ ਇਹ ਚਕਵਾਤਾ ਉਲਟਾ ਪੈਸੇ ਦੇ ਮੈਂ ਤਾਂ ਉਹਨਾਂ ਤੇ ਰਿਪੋਰਟ ਲਿਖਾਈ ਸੀ ਥੋੜੇ ਤੇ ਥੋੜੀ ਨਾ ਲਿਖਾਈ ਹੈ ਮੈਂ ਤਾਂ ਤੁਹਾਡੀ ਇੰਨੀ ਟੈਨਸ਼ਨ ਮੈਂ ਤਾਂ ਰਾਤ ਨਹੀਂ ਸਾਰੀ ਰਾਤ ਮੈਨੂੰ ਨੀਂਦ ਆਈ ਕੱਲ੍ਹ ਜਦੋਂ ਪਤਾ ਲੱਗਿਆ ਸੀ ਫਿਰ ਸਰਪੰਚ ਤੋਂ ਫੋਨ ਕਰਾਇਆ ਬਾਪੂ ਨੇ ਅੱਡ ਫੋਨ ਕਰਿਆ ਵੀ ਇਹਨਾਂ ਨੇ ਤੇ ਹੱਥ ਨਾ ਲਾਇਆ ਇਹਨਾਂ ਨੂੰ ਕੁੱਟੇ ਹੋਣਾ ਸਵੇਰ ਦੇ ਸਵੇਰ ਪਹਿਲਾਂ ਅਸੀਂ ਥਾਣੇ ਗਏ ਉਹ ਕਹਿੰਦੇ ਭਾਈ ਛੱਡ ਦੇ ਅਸੀਂ ਫਿਰ ਇੱਧਰ ਆਏ ਵੀ ਇੱਧਰ ਹੋਣਗੇ ਤੁਸੀਂ ਇੱਥੇ ਨਾ ਮਿਲੇ ਫਿਰ ਅਸੀਂ ਉੱਧਰ ਲੈ ਕਰੇ ਗਏ ਇਹਦਾ ਸੋਰੀ ਨੇ ਪਾਣੀ ਤੱਕ ਨਹੀਂ ਪੀਤਾ ਬਾਪੂ ਉੱਧਰ ਚੱਲ ਉਹ ਅਸੀਂ ਕਿਹੜਾ ਪੂੜੇ ਖਾ ਲਏ ਜਿਹਨੇ ਪਾਣੀ ਨਹੀਂ ਪੀਤਾ ਉਹ ਤਾਂ ਤੇਰੀ ਮਾਂ ਦਾ ਨਾਂ ਵੀ ਧਰਤਾ ਉਹਨੇ ਤਾਂ ਬੁੜੀ ਨੇ ਤੁਹਾਡੀ ਦੇ ਹਾਂ ਸ਼ੁਕਰ ਹੈ ਮੇਰੀ ਮਾਂ ਇੱਥੇ ਨਹੀਂ ਹੈਗੀ ਹੋ ਗਈ ਹੋਈ ਆ ਇਹ ਭਾਈ ਕੁੜੀਏ ਤੂੰ ਇਹੋ ਜਿਹੇ ਕੰਮ ਕਦੋਂ ਕਰਦੀ ਹੁੰਦੀ ਹੈ ਸਾਨੂੰ ਦੇਖਣ ਨੂੰ ਤਾਂ ਵਧੀਆ ਲੱਗਦੀ ਸੀ ਦੇਖਣੀ ਪਰਦੀ ਵਧੀਆ ਵਿੱਚ ਮੰਗਾਰ ਮੈਂ ਕੀ ਕਰਦਾ ਬਾਪੂ ਐਸਾ ਕੰਮ ਹੋਰ ਕੀ ਕਰੇ ਚੱਲ ਬਾਪੇ ਜਿਹੜਾ ਤੂੰ ਸੋਣਾ ਨਹੀਂ ਉਹ ਚੱਲ ਪਈ ਉਹ ਤਾਂ ਕਰਮਾਂ ਦੀਆਂ ਗੱਲਾਂ ਨਾ ਇਹਦਾ ਆਪ ਦੁਖੀ ਆ ਉੱਥੇ ਹਾਂ ਦੁਖੀ ਆ ਸਾਰੇ ਟੱਬਰ ਨੂੰ ਦੁਖੀ ਕਰਤਾ ਹਜੇ ਹੁਣ ਇਹ ਦੁਖੀ ਆ ਤੇ ਉਹਨੂੰ ਬੜੀ ਮੇਰ ਆਉਂਦੀ ਆ ਸਾਨੂੰ ਕਿਹੜਾ ਦੋ ਦਿਨ ਹੋ ਗਏ ਫਿਰਦੀਆਂ ਨੂੰ ਉਹ ਚੱਲ ਪਈ ਕੋਈ ਨਹੀਂ ਇਸ ਕਰਦੀ ਤੈਨੂੰ ਇਹੀ ਤਾਂ ਅਕਲ ਨਹੀਂ ਹੈਗੀ ਵੀ ਕਿਵੇਂ ਪਰਿਵਾਰ 'ਚ ਰਿਹਾ ਕਰਦੇ ਨੇ ਆ ਦੇਖ ਲੈ ਮੈਨੂੰ ਕਿਵੇਂ ਬੋਲਦਾ ਅਗਲਾ ਪਰਕਲਾ ਪਰਖਦਾ ਰਹਿੰਦੇ ਬਾਈ ਜੇ ਪਰਿਵਾਰਾਂ 'ਚ ਰਹੀ ਹੋਵੇ ਫਿਰ ਤਾਂ ਪਤਾ ਹੋਵੇ ਪਰਿਵਾਰ ਹੁੰਦੇ ਕੀ ਨੇ ਆਪਦੇ ਕਿਹੜਾ ਇਹਨਾਂ ਦੇ ਜਵਾਬ ਚੱਲੇ ਨੇ ਜਿਹੜਾ ਇਹਨੂੰ ਪਤਾ ਹੋਵੇ ਪਰਿਵਾਰ ਕੀ ਹੁੰਦਾ ਦੁੱਖ ਸੁੱਖ ਕੀ ਹੁੰਦਾ ਉਹ ਭਾਈ ਕਿਉਂ ਕਿਉਂ ਤੁਸੀਂ ਸਿਰਾਂ 'ਤੇ ਟੰਬੇ ਦੇ ਚੜੀ ਜਾਨੋ ਬਸ ਕਰੋ ਵੇਣਾ ਵੀ ਨਹੀਂ ਹੁੰਦਾ ਜੀ ਇਹ ਵੀ ਪਤਾ ਇਹ ਵੀ ਮਾਂ ਵੀ ਵਿਚਾਰੀ ਫਿਕਰ ਕਰਦੀ ਸੀ ਬਾਲਾ ਅਸੀਂ ਪਤਾ ਕਿੰਨੇ ਦਿਨ ਸਾਨੂੰ 2 ਦਿਨ ਹੋ ਗਏ ਸੀ ਇਹਨਾਂ ਨੂੰ ਲੱਭਦੇ ਨੂੰ ਤੜਕੇ ਹੀ ਤੜਕੇ ਸੀ ਗੇੜਾ ਕੱਢਣ ਗਈ ਲੱਭ ਕੇ ਆਈਆਂ ਸਾਨੂੰ ਕਿਤੇ ਨਾ ਮਿਲੇ ਅੱਜ ਮਿਲੇ ਇਹ ਸਾਨੂੰ ਦੇਖ ਲੈ ਮੈਨੂੰ ਤਾਂ ਐਂ ਕਹਿ ਰਹੀ ਆ ਵੀ ਇਹ ਤਾਂ ਕੋਈ ਹੈ ਨਹੀਂ ਅੱਗੇ ਪਿੱਛੇ ਜਿਵੇਂ ਮੈਂ ਤਾਂ ਰੂੜੀਆਂ ਤੋਂ ਆਈ ਹੁੰਨੀ ਆ ਹੈ ਕੀ ਪਤਾ ਕਿੱਥੋਂ ਆਈਆਂ ਨਿਕਲੀ ਉਧਰੀ ਜੇ ਚੁੱਪ ਕਰ ਜਾ ਇਹ ਕੁੜੀਏ ਨਿਕਲੀ ਉਧਰੀ ਕੀ ਐਂ ਕਦੋਂ ਬੋਲਦੀ ਆ ਅੰਬਰੀ ਅੰਡਾ ਇਹਨੂੰ ਤੂੰ ਕੀ ਕੁਝ ਕਹਿਣ ਲੱਗ ਰਹੀ ਆ ਦੱਸ ਆ ਦੇਖ ਲੈ ਲੈਣ ਦਾ ਮੈਨੂੰ ਕਿਵੇਂ ਬੋਲਦੀ ਆ ਉਹੀ ਤਾਂ ਗੱਲ ਆ ਇਹਨੂੰ ਕਹ ਆ ਬੈਠਾ ਜਿਹੜਾ ਸੰਧਾਰਾ ਇਹਨੂੰ ਕਹ ਜਿਹਨੇ ਆ ਪਸਾਇਆ ਜਿਹਨੇ ਤੁਹਾਡੀ ਬੱਦਲਬਾਜ਼ੀ ਦਿਖਾਈ ਆ ਤੁਹਾਡੇ ਆਏ ਮੇਰੇ ਭਾਈ ਨੇ ਕੀ ਕੀਤਾ ਤੇਰੇ ਭਾਈ ਨੇ ਪਸਾਇਆ ਸਾਰਿਆਂ ਨੂੰ ਮੁੱਢਾ ਨੂੰ ਛੇੜ ਲਿਆ ਸਾਰੇ ਸਿਆਪੇ ਤਾਂ ਇਹਦੇ ਛੇੜੇ ਹੋਏ ਨੇ ਤੇ ਬੁੜੀ ਦਾ ਸਿਰ ਪਾੜੇ ਤਾਂ ਕੰਦਰਖਾਨਾ ਹੋਇਆ ਸਾਰਾ ਬਾਪੂ ਜੀ ਇਹਨੂੰ ਕਹਿ ਦੋ ਇਹਨੂੰ ਮੈਂ ਬੁਲਾਉਂਦੇ ਨਹੀਂ ਇਹ ਮੇਰੇ ਮੂਹਰੇ ਬੋਲਣ ਉਹ ਭਾਈ ਮੈਂ ਕਿਹਨੂੰ ਕਹਾ ਮੈਂ ਤਾਂ ਵਿਚਾਲੇ ਫਸ ਗਿਆ ਮੈਂ ਤਾਂ ਜਾਨਾ ਉੱਠ ਕੇ ਜਈ ਕਿਉਂ ਬਾਪੂ ਜਿੱਥੇ ਆਉਣ ਦੀ ਕੀ ਲੋੜ ਸੀਗੀ ਤੁਹਾਨੂੰ ਓਏ ਉਹਨੂੰ ਪੁੱਛ ਲੈ ਪੁੱਤਾ ਇਹਦਾ ਘਰ ਬਾਹਰ ਆਊਗੀ ਅਗਲੀ ਪਤਾ ਲੈ ਲਈ ਯਾਰ ਪਤਾ ਵੀ ਇਹਨਾਂ ਦੀ ਆਪਸ ਨਹੀਂ ਬਣਦੀ ਇੱਕ ਦੂਜੇ ਨਾਲ ਮੰਮੀ ਤੂੰ ਵੀ ਬਾਲਾ ਨਾ ਬੋਲਿਆ ਕਰ ਕੋਈ ਇਹਨੂੰ ਮੰਮੀ ਮੰਮੀ ਕਹਿਣਾ ਬੰਦ ਕਰ ਇਹ ਚ ਹੈ ਨਹੀਂ ਲੱਛਣ ਮੰਮੀ ਆ ਅੱਛਾ ਦੇਖ ਲੈ ਹਾਂ ਦੇਖ ਲੈ ਕੁੜੇ ਦੇਖ ਲੈ ਇਹਦੇ ਜਮਾਈ ਚੇਂਜ ਹੋ ਗਿਆ ਠੀਕ ਚੱਲਦੀ ਆ ਹਾਂ ਜਦ ਪੈਸੇ ਲੈਣੇ ਉਹਦੇ ਮੰਮੀ ਮੰਮੀ ਹੁਣ ਕਹਿੰਦਾ ਮੰਮੀ ਨਾ ਕਹਿ ਹਾਂ ਦੇਖ ਲੈ ਚੈੱਕ ਦੇ ਤੇ ਜੇ ਚੈੱਕ ਦਿੱਤੇ ਹੁੰਦੇ ਕਾਨੂੰ ਥਾਣੇ ਦਾ ਮੂੰਹ ਦੇਖਦੇ ਸੀ ਮੰਮੀ ਕਿਹੜਾ ਆਪੇ ਆ ਗਈ ਜੇ ਲਿਆ ਤਾਂ ਮੰਮੀ ਆਈਏ ਤਾਂ ਉਹਦੇ ਗੱਲ ਕਰਨਾ ਬਾਪੂ ਜੀ ਮੈਨੂੰ ਹੋਰ ਕਿਸੇ ਦੀ ਫਿਕਰ ਨਹੀਂ ਮੈਨੂੰ ਤਾਂ ਭਾਈ ਦੀ ਫਿਕਰ ਇਹ ਜਿਉਂਦਾ ਜਿਆਦਾ ਰਹੇ ਅੱਛਾ ਬਸ ਤੇਰੇ ਭਾਈ ਦੀ ਲੋੜ ਆ ਤੈਨੂੰ ਕਿਸੇ ਦੀ ਕਿਹੜੇ ਲੋੜ ਆ ਫਿਰ ਬਸ ਜਦੋਂ ਮੇਰਾ ਕੋਈ ਪੁੱਛਦਾ ਨਹੀਂ ਮੇਰੇ ਕੋਈ ਦੁੱਖ ਸੁੱਖ ਨਹੀਂ ਕਰਦਾ ਮੈਂ ਕਿਉਂ ਭਾਈ ਕਿਸੇ ਹੋਰ ਦੀ ਕਦਰ ਕਰੂੰਗੀ ਆ ਫਿਰ ਤੈਨੂੰ ਕੀ ਲੋੜ ਆ ਭਾਈ ਤੂੰ ਆਪਦੇ ਘਰ ਬਸਾਲਾ ਠੀਕ ਹੈ ਪਰ ਕੰਮ ਨਿਬੜਿਆ ਹਾਂ ਤਾਂ ਉੱਜੜ ਗਿਆ ਤੁਹਾਡੇ ਚੱਕਰਾਂ 'ਚ ਨਾ ਨਾ ਅੱਛਾ ਤੂੰ ਲੱਤਾਂ ਕਿਹੜੀ ਸਦਾਉਂ ਫਿਰੀ ਗਿਆ ਇਹਨੂੰ ਭਾਈ ਦੀ ਫਿਕਰ ਆ ਬਾਪ ਦੀ ਫਿਕਰ ਨਹੀਂ ਹੈਗੀ ਉਹ ਚੱਲ ਛੱਡਿਆ ਕਰ ਪਰਾਂ ਮੇਰਾ ਸਾਰਾ ਦਿਨ ਇੱਕੋ ਗੱਲ ਉਹ ਚੱਲ ਭਾਈ ਭਾਈ ਦਾ ਭਾਈ ਇਹ ਹੁੰਦਾ ਦੇਖ ਬਾਪ ਆਪ ਹੁੰਦਾ ਫਿਕਰ ਤਾਂ ਸਾਰੇ ਨਹੀਂ ਹੁੰਦਾ ਉਹਦਾ ਕਹਣਾ ਅੱਜ ਲੜਾਈ ਸੁਲਝਾਉਣ ਆਇਆ ਲੋਕ ਵੀ ਖੜਖੜ ਤਮਾਸ਼ਾ ਦੇਖਦੇ ਨੇ ਉਹਦੇ ਕੋਲ ਚੱਲ ਕਿਵੇਂ ਚੜੇ ਪਈ ਰੱਬ ਲੱਗਦੀ ਗੱਲ ਲੋਕ ਅੱਛਾ ਭਾਈ ਐਂ ਦੱਸ ਅੱਜ ਦਾ ਦੇਖਦੇ ਲੋਕ ਹੁੰਦਾ ਜਿੱਦੇ ਦੀ ਇਹ ਕੁੜੀ ਸਾਡੇ ਪੈਰ ਧਰੇ ਸੀ ਉਦੋਂ ਦੇਖਣ ਲੱਗੇ ਤੇ ਕੀ ਮਤਲਬ ਬਾਪੂ ਜੀ ਤੁਹਾਡਾ
ਵੀ ਆਪਣੇ ਤਮਾਸ਼ਾ ਦਾ ਉਦੇ ਦੀ ਰੌਲਾ ਪੈਣ ਲੱਗ ਗਿਆ। ਮਤਲਬ ਇਹ ਤੁਹਾਡੇ ਉੱਥੇ ਤਮਾਸ਼ੇ ਕਰਦੇ ਰਹਿੰਦੀ ਆ। ਤਮਾਸ਼ਾ ਕਾਹਨੂੰ, ਆ ਜਿਹੜੀ ਇਹਦੀ ਸਾਸਾ ਵੱਢਣ ਜੋਗਰੀ ਉਹ ਉਦੇ ਦੀ ਲੱਗੀ ਖੋਰੂ ਪਾਉਣਾ। ਤੂੰ ਚੰਗਾ ਬੰਦਾ, ਤੇਰੀ ਤੀਵੀਂ ਨੂੰ ਤੂੰ ਵੱਢਣ ਜੋਗਰੀ ਦੱਸੀ ਜਾਣਾ। ਓਏ ਭਾਈ ਉਹਦੇ ਤੋਂ ਮੇਰ ਕਰਾਈ ਜਾਂਦਾ ਹੈ, ਸੱਚੀ ਵੱਢਦੀ ਆ ਫਿਰ ਉਹ ਤਾਂ ਹੀ ਤਾਂ। ਓਏ ਨਹੀਂ ਭਾਈ ਨਹੀਂ, ਇਹਨੂੰ ਕਹਿੰਦੀ ਵਗ ਜਾ ਲੈ ਭਲਾ, ਹੁਣ ਆਪਦੇ ਪੇਕੇ ਜਾਊ ਜੇ ਤੈਨੂੰ ਕਹੇ ਵੀ ਤੂੰ ਵਗ ਜਾ, ਵਗ ਜਾਈ ਉਹਨੂੰ। ਇਹ ਲੱਛਣੀ ਨਹੀਂ ਰਹਿਣ ਵਾਲੇ, ਤਾਂ ਹੀ ਕਹਿੰਦੀ ਆ ਵਗ ਜਾ। ਤੇਰੇ ਲੱਛੇ ਤਾਂ ਬੜੇ ਨੇ, ਤੈਨੂੰ ਸਾਰੇ ਪਰਿਵਾਰ ਤੋਂ ਅੱਡ ਕਰਾਤਾ ਮੇਰਾ ਬਾਪ, ਬੋਲਣ ਨੂੰ ਭਰਦੀ ਆ ਦੇਖ ਲੈ। ਤੇਰੀ ਮਾਂ ਦੇ ਕੰਡੇ ਵੀ ਜਿਉਂਦੇ ਸਾਰੇ, ਤੇਰੀ ਮਾਂ ਦੇ, ਮੇਰਾ ਕੋਈ ਕਸੂਰ ਨਹੀਂ ਹੈਗਾ। ਹਾਂ ਤੇਰਾ ਘਰ ਬਸਿਆ, ਮਸਾਂ ਭਾਬੀ ਘਰੇ ਆਈ ਆ, ਜੋ ਹੋ ਗਿਆ ਸੋ ਆ ਗਿਆ, ਅੱਗੇ ਤੁਹਾਨੂੰ ਦੋਹਾਂ ਨੇ ਕੱਟਣੀ ਆ। ਮੇਰੀ ਗੱਲ ਸੁਣ, ਪਿਆਰ ਮੁਹੱਬਤ ਨਾ ਕੱਟੀ ਦੀ ਹੁੰਦੀ। ਓ ਭਾਈ ਕੁੜੀਏ, ਮੈਨੂੰ ਐ ਦੱਸ, ਮਿਲ ਗਈ ਆਪਦੇ ਭਾਈ ਨੂੰ ਹੁਣ ਤੂੰ, ਮਿਲ ਗਈ, ਰੱਜ ਗਈ, ਚੱਲ ਚੱਲੀ ਆਪਣੇ ਘਰੇ, ਚਲੋ ਚੱਲੀ ਬਾਪੂ ਜੀ। ਮੈਂ ਚਾਹ ਬਣਾਈ ਸੀ ਤਾਂ ਉਹਨਾਂ ਦੀ। ਓ ਛੱਡ ਪਰਾਂ ਚਾਹ ਦੇ ਮਾਰ ਗੋਲੀ, ਇੱਥੇ ਤਾਂ ਹੋਰੇ ਸਿਆਪਾ ਮਾਰ ਖੰਨੇ। ਹੋਰ ਹੁਣ ਉਧਰਲੇ ਘਰੇ ਬਾਗ ਚੱਲੋ, ਇੱਥੇ ਤਾਂ ਓਏ ਕਾਨੂੰ ਭਾਈ ਉਧਰਲੇ ਘਰੇ ਕੀ ਉਹ, ਆ ਅੱਜ ਦਾ ਪਿੰਡ ਜਾਂਦੇ ਆ ਤੇ ਸੁਨੇਹਾ ਜਾਵਾਂਗੇ। ਮੈਂ ਤਾਂ ਤੈਨੂੰ ਮਿਲ ਲਈ ਸੀ, ਮੈਂ ਆਪਦੀ ਅੱਖਾਂ ਨਾਲ ਦੇਖ ਲਿਆ ਤੂੰ ਸਹੀ ਸਲਾਮਤ, ਹੋਰ ਮੈਨੂੰ ਕੁਛ ਨਹੀਂ ਚਾਹੀਦਾ। ਹੋਰ ਜੇ ਕੱਲ ਕਰਾ ਨੂੰ ਤੈਨੂੰ ਕੁਛ ਹੋ ਜਾਂਦਾ, ਮੇਰੀ ਮਾਂ ਨੂੰ ਤਾਂ ਮੇਰੇ ਸਿਰ ਤੇ ਜੁੱਤੀਆਂ ਲਾਉਣੀਆਂ ਸੀ ਵੀ ਹਾਂ ਭਾਈ ਨੂੰ ਆ ਕੀ ਕਰਾਤਾ ਤੈਂ। ਚੱਲ ਕੋਈ ਨਾ ਬਾਈ, ਕੁਛ ਨਹੀਂ ਹੁੰਦਾ, ਹੁਣ ਤਾਂ ਨਿਬੜ ਗਿਆ ਸਾਰਾ ਕੁਛ, ਤੁਸੀਂ ਜਾਓ ਜੇ ਜਾਣਾ। ਚੰਗਾ ਭਾਈ, ਰਹਿ ਜਾਓ ਜੀ, ਰਹਿ ਰਹਿ ਜਾਂਦੇ ਅੱਜ। ਉਹ ਕਿੱਥੇ ਰਿਹਾ ਜਾਂਦਾ ਭਾਈ, ਡੰਗਰ ਪਸ਼ੂ ਜੀ ਕੁੜੀ ਖੜਨੇ ਕੀਲੇ ਤੇ ਭੁੱਖੇ ਤੇ ਆਏ। ਦਿਖੀ ਰਿਹਾ ਮੈਨੂੰ ਹੱਥ ਮਾਰਦੀ, ਉਹ ਲੋੜ ਨਹੀਂ ਹੈਗੀ ਸਾਨੂੰ ਉੱਤੋਂ ਤਲੇ ਮਨੋ ਕਹਿਣ ਦੀ। ਪਤਾ ਕੀ ਹੈ ਪੁੱਤ, ਜਿੱਥੇ ਅੱਖ ਮੈਲੀ ਹੋਵੇ ਕਿ ਨਾ ਬੰਦਾ ਪਿਆਰ ਨਾ ਬੁਲਾਵੇ, ਉੱਥੇ ਨਹੀਂ ਰਿਹਾ ਜਾਂਦਾ ਹੁੰਦਾ। ਔਖਾ ਹੋ ਖੁੱਲਾ ਰੱਸਾ ਤਾਂ ਦਿਨ ਦਿਖਾਇਆ ਮੁੰਡੇ ਜਿਹੜਾ ਮਸਾਂ ਨਿਬੜਿਆ ਸੀ ਆਪਾਂ, ਜੇ ਨਿਬੜਿਆ ਜਾਂਦਾ ਤਾਂ ਨਹੀਂ ਇਹ ਨਿਬੜਦੇ। ਹਾਂ ਹਾਂ, ਵਧੀਆ ਗੱਲ ਨਹੀਂ ਕਰਦੀਆਂ, ਕੀ ਕਰੀਏ। ਓਏ ਕਰ ਤਾਂ ਫਿਰ ਸਾਰਾ ਭਾਈ, ਹੁਣ ਮੈਂ ਤਾਂ ਫਿਰ ਉਹੀ ਗੱਲ, ਮੈਂ ਤਾਂ ਤੇਰਾ ਖੋਟ ਸਮਝਦਾ। ਮੇਰਾ ਤਾਂ ਖੋਟ ਕੀ ਆ, ਮੈਂ ਤਾਂ ਐਡੀ ਦੂਰ ਇਹਨਾਂ ਨੂੰ ਖਿੱਚ ਤੂ ਕੇ ਲਿਆ, ਜਿਹੇ ਜਿਹੇ ਨਿਆਣ ਮੱਥੇ 'ਚ ਕੰਡੇ ਬੀਜਦਾ। ਓਏ ਜਿਹੜਾ ਖਿੱਚ ਤੇ ਉਹ ਤਾਂ ਲਿਆ, ਜਿਹੜਾ ਨਵਾਂ ਪਣੋਈ ਆ ਬਾਂਸ ਕੱਢ ਤੇ ਆ, ਇਹ ਕੱਢਣ ਦੀ ਕੀ ਲੋੜ ਤੀ ਤੈਨੂੰ, ਲੜਾਈ ਕਿਹਦੇ ਨਹੀਂ ਰਹਿੰਦੀ। ਓਏ ਖਰਚਾ ਭਾਈ ਤੇਰੇ ਨਾਲ ਨਹੀਂ ਗੱਲ ਕਰਦੇ। ਆਏ ਤੁਸੀਂ ਬੱਸ ਤੇ ਕਿ ਮੋਟਰਸਾਈਕਲ ਤੇ? ਅੱਜ ਤਾਂ ਜਹਾਜ਼ ਲੈ ਕੇ ਆਏ, ਕਹਿੰਦੇ ਬੱਸ ਦੇ ਮੂਲ ਗੋਡੇ ਰਹਿ ਗਏ, ਤੁਰ ਕੇ ਆਇਆ ਸੀ, ਹੋਰ ਕਾਹਤੇ ਆਏ ਸੀ। ਲੈ ਉਹ ਪਿਆ ਤੁਰ ਕੇ ਆਏ ਹੋ, ਹੋਰ ਹੁਣ ਬੱਸਾਂ ਮਿਲ ਗਈ ਤੇ ਰੇੜਾ ਮਿਲ ਗਿਆ, ਕਿਤੇ ਕੋਈ ਖੱਚਰ ਮਿਲ ਗਿਆ ਉੱਥੇ ਚੜ ਕੇ ਆਏ। ਭਾਈ ਤੁਸੀਂ ਤਾਂ ਹਿੱਲ ਗਏ ਸਾਰਾ ਟੱਬਰ, ਤੁਹਾਡਾ ਕੋਈ ਕਸੂਰ ਨਹੀਂ, ਤੁਹਾਡਾ ਦਿਮਾਗ ਹਿੱਲ ਗਿਆ, ਤੁਹਾਨੂੰ ਲੈ ਕੇ ਜਾਣਾ ਪਊਗੀ ਤੇ ਪਾਗਲ ਪੂਗਲ ਖਾਂਦੇ। ਦੇਖ ਲੈ ਬਾਪੇ ਕਹੇ ਦੀਆਂ ਗੱਲਾਂ ਕਰ ਰਹੇ, ਇਹਨੂੰ ਛੱਡਿਓ ਪਹਿਲਾਂ ਪਾਗਲ ਖਾਨੇ, ਸਾਡੀ ਬਿੱਲੀ ਸਾਨੂੰ ਮਿਆ ਕਰੀ ਜਾਂਦੀ ਕੋਲੇ। ਤੂੰ ਮੈਂ ਕਹਿੰਦੀ ਸੀ ਆਖਰੀ ਬੱਸ ਆਉਣ ਵਾਲੀ ਓਬਿਆਂ ਦੀ ਵਗ ਜਾਂਦੇ। ਉਹ ਭਾਈ ਸਾਡੀ ਸੋਚਣਾ ਕਰ, ਅਸੀਂ ਤਾਂ ਵਗ ਜਾਵਾਂਗੇ ਜੇ ਮਰਜ਼ੀ ਜਾਈਏ। ਚੌਥੀ ਉਹ ਇਹਦੇ ਘਰ ਵਾਲੀ ਉਹ ਗੱਲ ਪੈਂਦੀ ਆ ਮੇਰੇ, ਮੈਂ ਤਾਂ ਦਾੜੀ ਸਾਰੀ ਪੱਟਦੇ ਨੇ ਸਾਰੀ ਆਵਾ ਇਸ ਤਰ੍ਹਾਂ ਦੀ, ਖੋਟਾ ਖਸਮਾ ਤਾਂ ਪੜਦੇ ਨੇ ਫਿਰ ਮੇਰੇ ਤੋਂ ਖਾ ਮਹਿੰਗਾ, ਮੇਰੇ ਚ ਕੀ ਖੋਟ ਕੀੜੇ ਪੈ ਗਏ ਮੇਰੇ ਡੰਡਾ ਨੀ ਖੋਲਿਆ ਇਹਨਾਂ ਦੇ, ਡੰਡਾ ਖੋਲਦਾ ਨਾ ਤੇਰੇ ਹੱਥ ਚ ਰਹਿੰਦੇ।
ਖੋਟੇ ਇਹ ਆ ਤੇਰੇ ਚੋਰੇ ਬਾਂਸ ਕੱਢਿਆ ਲਿਆ ਕੇ ਤੈਂ ਉੱਥੇ ਨਹੀਂ ਰਹਿ ਸਕਦਾ ਸੀ ਕਿਹਦੇ ਘਰੇ ਲੜਾਈ ਨਹੀਂ ਹੁੰਦੀ ਚੱਜ ਨਹੀਂ ਹੁੰਦੀ ਫਿਰ ਉਸੇ ਨੂੰ ਨਾ ਰੱਖ ਲੈਂਦੀ ਤਾਂ ਹੀ ਦੁਬਾਰੇ ਵਿਆਹ ਰਿਹਾ ਕਵੀਜਾ ਦੀ ਸਾਰੀ ਦਾ ਜ਼ਮੀਨ ਲੈ ਗਈ ਅੱਧ ਦੀ ਵੰਡਾ ਕੇ ਹਜੇ ਹੋਰ ਪਹਾੜ ਦੀ ਆ ਘਰ ਚੋਂ ਵੀ ਕਹਿੰਦੀ ਮੇਰਾ ਹਿੱਸਾ ਮਿਲ ਜੇ ਨਾ ਹੁਣ ਤਾਂ ਸਖਾਲਾ ਫਿਰ ਤੂੰ ਵਿਆਹ ਕਰਾ ਕੇ ਦਵਾਈ ਬਹੁਤ ਸੌਖਾ ਕੀ ਅੰਤਾ ਸੌਖੇ ਦਾ ਆ ਰੋਜ਼ ਇਹਦਾ ਡੰਡਾ ਖੜਕਿਆ ਰਹਿੰਦਾ ਤੁਹਾਡਾ ਇੰਨਾ ਕਿ ਤਾਂ ਦੁਨੀਆ ਦੇ ਖੜਕਦਾ ਸਾਡੇ ਤੋਂ ਇੰਨਾ ਕਿ ਤਾਂ ਬਾਪੂ ਪਹਿਲਾਂ ਵੀ ਖੜਕਦਾ ਸੀ ਪਹਿਲਾਂ ਤਾਂ ਇੱਕ ਸੀ ਸੁਖੜਾ ਹੁੰਦਾ ਦੋ ਹੋ ਗਈਆਂ ਨਹੀਂ ਇਹਨਾਂ ਦਾ ਤੁਹਾਡੇ ਵੀ ਖੜਕਦਾ ਤੇਰੀ ਕਿੰਨੀ ਕੁ ਬਣਦੀ ਹੈ ਤੇਰੇ ਬੰਦੇ ਨਾਲ ਇਹ ਤਾਂ ਸਭ ਹੀ ਖੜਕਾਉਂਦੀਆਂ ਹੁੰਦੀਆਂ ਨੇ ਹੁਣ ਇਹਨਾਂ ਦੀ ਖੜਕੀ ਜਾਂਦੀ ਹੈ ਸਾਰਾ ਦਿਨ ਨਹੀਂ ਫਿਰ ਇਹਦਾ ਮਤਲਬ ਮੈਂ ਆਪਣੇ ਘਰ ਨੂੰ ਇਹ ਨਹੀਂ ਕਹੂੰਗੀ ਵੀ ਦੂਜੀ ਲੈ ਜਾਖਰ ਉਹਦੀ ਇੰਨੀ ਹਿੰਮਤ ਨਹੀਂ ਵੀ ਉਹ ਕੋਈ ਨਾ ਟਾਈਮ ਆ ਗਿਆ ਉਹ ਵੀ ਲਿਆਊਗਾ ਹਾਂ ਤੂੰ ਤਾਂ ਚਾਹਨੀ ਇਹ ਆ ਵੀ ਇਹਦੀ ਕੁੜੀ ਦਾ ਘਰ ਖਰਾਬ ਹੈ ਦੇਖ ਲੈ ਬਾਪੂ ਤੇਰੀ ਕੁੜੀ ਦਾ ਘਰ ਖਰਾਬ ਕਰਨਾ ਚਾਹੁੰਦੀ ਹੈ ਇਹ ਉਹ ਚੱਲ ਭਾਈ ਮੈਂ ਕਿਹੜਾ ਵਿਚੋਲਣ ਬਣਦੀ ਆ ਵੀ ਖਰਾਬ ਕਰਨ ਨੂੰ ਵੀ ਮੈਂ ਉਹਨੂੰ ਰਿਸ਼ਤਾ ਲਈ ਬੈਠੀ ਆ ਬਥੇਰੀ ਵਿਚੋਲਣ ਬਣਦੀ ਸੀ ਸਾਰੀਆਂ ਗੱਲਾਂ ਪਤਾ ਲੱਗ ਗਈਆਂ ਸਾਰੀਆਂ ਗੱਲਾਂ ਪਤਾ ਲੱਗ ਗਈਆਂ ਬਥੇਰੀ ਬੁੜੀ ਨੂੰ ਉਂਗਲਾਂ ਲਾਈਆਂ ਨੇ ਤੇ ਕੀ ਬੋਲੀਏ ਸਿਆਣੇ ਸਾਹਿਬ ਮਤੇਰ ਤਾਂ ਮਤੇਰੇ ਹੁੰਦੀ ਆ ਜਿਹੜੀ ਆਪਦੀ ਮਾਂ ਹੁੰਦੀ ਆ ਉਹ ਲਹੂ ਡੋਲਦੀ ਹੁੰਦੀ ਆ ਆ ਦੇਖ ਲੈ ਕੀ ਭਈ ਲੱਗ ਰਿਹਾ ਕਰ ਦੂਏ ਆਪਣੇ ਵਰਗੀ ਪਹਾੜ ਦੀ ਆ ਮਾਸੜਾ ਹੈ ਗੱਲ ਆ ਕੋਈ ਇਹ ਆਪਾਂ ਦਾ ਸੁਣੇ ਚੰਗੀ ਨਹੀਂ ਗੱਲ ਇਹ ਵੀ ਸਾਰੀਆਂ ਐ ਮੁੱਲਦੀਆਂ ਆ ਜਾਣ ਹਾਂ ਵੀ ਜੇ ਮੈਂ ਆਈਆਂ ਇਹਦੀ ਪਾਰਟੀ ਖੜੀ ਹੋ ਜਾਏ ਇੱਥੇ ਉਹ ਚੱਲ ਪਈ ਚੰਗਾ ਫਿਰ ਹੁਣ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਹੱਥ ਬੰਨੇ ਜਾਓ ਆਪਦੇ ਘਰ ਨੂੰ ਜਾਓ ਕੋਈ ਗੱਲ ਨੀ ਕਿਹੜੇ ਗੂੜੇ ਦੀ ਬਸ ਅਸੀਂ ਆਪਦੇ ਫੋਨ ਫਾਨ ਕਰ ਲਿਆ ਕਰੋ ਚੱਲ ਚੰਗਾ ਰੋਟੀ ਲਾ ਕੇ ਲੈ ਕੇ ਖਾਏਗਾ ਹਜੇ ਕਸਰ ਰਹਿੰਦੀ ਆ ਕੱਢਣਾ ਤੂੰ ਵੀ ਕਸਰ ਆਪਣੀਆਂ ਚੰਗਾ ਚੰਗਾ ਬਹਿ ਜਾ ਫਿਰ ਚੰਗਾ ਚੰਗਾ ਲਾ ਰਹੀ ਆ ਦਿਮਾਗ ਖਾਣ ਨੇ ਦਿਮਾਗ ਨੇ ਖਾਂਦੀਆਂ ਹੈ ਇੱਕ ਦੂਏ ਦੀਆਂ ਮਜੀਟੀਆਂ ਵੱਟਣ ਚੱਕ ਜਾਣਗੀਆਂ ਨਾ ਕੁਛ ਮਿਲੇ ਨਾ ਕਰੇ ਉਹ ਰੋਟੀ ਖਾ ਲੋ ਵਧੀਆ ਚੰਗੇ ਰਹਿਣਾ ਪੂਆ ਫੋਨ ਫੋਨ ਕਰ ਮੱਗਰ ਨੂੰ ਕਿੱਥੇ ਰਹਿ ਗਿਆ ਟਾਈਮ ਵੀ ਬਹੁਤ ਲਾਤਾ ਜੀ ਉਹਨੇ ਤਾਂ ਨਹੀਂ ਉਹ ਆਉਂਦਾ ਹੈ ਮੱਗਰ ਤਾਂ ਤੁਰਿਆ ਕਿਉਂ ਪੈਰਾਂ ਥੱਲੇ ਅੱਗ ਮਚਾਉਣੀ ਹੁੰਦੀ ਹੈ ਆ ਜੂਗਾ ਠੀਕ ਜਾ ਕਰ ਤੂੰ ਮੈਂ ਕੀ ਕਰਾਂ ਮੈਂ ਹੋਰ ਵੀ ਕੰਮ ਬਥੇਰੇ ਕਰਨੇ ਨੇ ਪਤਾ ਲੱਗ ਕੇ ਮੈਂ ਠੁਮਕ ਠੁਮਕ ਕਰਦਾ ਆਉਂਦਾ ਹੋਰ ਬੂਆ ਖੇਤੀ ਸਾਰੀ ਇਹ ਤੁਸੀਂ ਆਪ ਹੀ ਕਰਦੇ ਹੋ ਆਪ ਹੀ ਮਾਰ ਦਿਆਂ ਫਿਰ ਮੱਥਾ ਤੇਰੇ ਫੁੱਫੜ ਹੈ ਆ ਵੀ ਮਗਰਾਂ ਬਹੁਤ ਟਾਈਮ ਲਾਇਆ ਟਾਈਮ ਤਾਂ ਲੱਗ ਰਿਹਾ ਕਿ ਲਾਕਿਆਂ ਦਾ ਟਾਈਮ ਖੜ ਜਾ ਓਹੋ ਲੰਬਾ ਨਾ ਗਿਆ ਦੀ ਹੈ ਨਾ ਹੀ ਫਿਰ ਟਾਈਮ ਕਰ ਹੀ ਲੱਗ ਗਿਆ ਚਲੋ ਹੁਣ ਨੀ ਤੁਹਾਡਾ ਬਾਲ ਵਿੰਗਾ ਹੁੰਦਾ ਬੇਫਿਕਰ ਹੋ ਜਾਓ ਕਿਉਂ ਹੋਊਗਾ ਤਾਂ ਨਾ ਸਿੱਧੀਆਂ ਲੱਗ ਗਈਆਂ ਹਾਂ
ਜੇ ਹੁਣ ਵੀ ਬਾਲ ਪਿੰਕਾ ਹੋ ਗਿਆ ਫਿਰ ਤਾਂ ਕੋਈ ਫਾਇਦਾ ਨਹੀਂ, ਹੁਣ ਤਾਂ ਕੋਈ ਫਾਇਦਾ ਨਹੀਂ। ਮੱਗਰ ਬਾਈ ਜਿਹੜੇ ਕੇਸ ਤੂੰ ਫਸਿਆ ਸੀ ਮੈਨੂੰ ਪਤਾ ਮੈਂ ਕਿਵੇਂ ਛੜਵਾਇਆ। ਚੰਗਾ ਚੰਗਾ ਮੱਗਰਾ, ਚੰਗਾ ਹੀ ਠੀਕ ਆ ਜੀ, ਚੰਗਾ ਧਿਆਨ ਰੱਖੀ ਆਪਦਾ ਹੁਣ, ਤੁਸੀਂ ਧਿਆਨ ਰੱਖੋ ਜੀ ਹੁਣ। ਨਾ ਨਾ ਧਿਆਨ ਆ, ਧਿਆਨ ਆ, ਵਧੀਆ ਧਿਆਨ ਆ ਪੂਰਾ, ਬੇ ਸੋਚੋ ਜਾ ਰਾਮ ਲਾਲ। ਹਾਂਜੀ ਮੈਡਮ ਜੀ, ਕਿਤੇ ਆਪਾਂ ਕੋਈ ਪੁੱਠਾ ਕੰਮ ਤਾਂ ਨਹੀਂ ਕਰ ਰਹੇ? ਨਾ 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 ਨਾ, ਪੁੱਠਾ ਕੰਮ ਕਿਤੇ ਹੋਰ ਹੀ ਕੁਝ ਗਲਤ ਪੈ ਜੇ ਆਪਣੇ ਸਿਰ ਤੇ। ਕਾਨੂੰ ਹੁਣ ਮੱਗਰ ਨੇ ਕਿਹਾ ਨਹੀਂ ਸੀਗਾ, ਹਾਂ ਕਹਿੰਦਾ ਵੀ ਹੁਣ ਤੁਸੀਂ ਵਾਰੀ ਵਾਰੀ ਖੇਤ ਨਾ ਆਇਆ ਕਰੋ। ਉਹ ਤੁਹਾਨੂੰ ਪਤਾ ਕਿਉਂ ਕਹਿੰਦਾ ਸੀ? ਕਿਉਂ ਕਿਉਂ ਕਹਿੰਦਾ? ਉਹ ਬੈਠੀ ਉਹਦੇ ਚੌਂਕੀਦਾਰ ਨਹੀਂ ਕਰਦੀ ਤੁਹਾਡੀ, ਇਹ ਉਹਦੇ ਦਾਰੂ ਘੜ ਘੜ ਵੇਚਦਾ। ਚੱਲ ਵੇਚੀ ਜਾਵੇ, ਮੈਂ ਕੀ ਲੈਣਾ? ਕੱਲ ਨੂੰ ਫੇਰ ਆਉਣਾ ਪਊ ਆਪਾਂ ਨੂੰ, ਜੇ ਨਾ ਹਟਿਆ ਕੋਈ ਤਾਂ ਕਿਸੇ ਤਾਂ ਗੱਡੀ ਗੁੱਡੀ ਚੜ ਗਿਆ ਪੀ ਪੀ ਫਿਰ ਆਉਣਾ ਪਊਗਾ। ਉਹ ਤਾਂ ਕੋਈ ਗੱਲ ਨੀ, ਇਹ ਤਾਂ ਅੱਜ ਦੇ ਕੱਢਦੇ ਨੇ, ਇਹ ਤਾਂ ਸ਼ੁਰੂ ਤੋਂ ਕੱਢਦੇ ਨੇ, ਇਹ ਤਾਂ ਮੈਨੂੰ ਪਤਾ ਹੀ ਆ। ਪੀਂਦਾ ਤੀ ਕੱਢ ਕੇ ਫੜ, ਚਲ ਉਹ ਤਾਂ ਗੱਲ ਜੁਦਾ ਤੀ, ਵੇਚਦਾ ਵੀ ਆ, ਵੇਚਦਾ ਤਾਂ ਮੱਗਰ ਆ। ਅੱਛਾ ਕੋਈ ਨਾ ਕੋਈ ਨਾ, ਫਿਰ ਕਦੇ ਆਵਾਂਗੇ ਨਾ, ਫਿਰ ਇਹਨੂੰ ਵਾਰਨਿੰਗ ਦੇ ਜੂੰਗੀ ਆ ਕੇ ਮੈਂ। ਹੋਰ ਤੁਹਾਨੂੰ ਇਹੀ ਲੱਗਦਾ ਜੀ ਮੈਂ ਉਹੀ ਬੈਠਾ ਤੀ ਉਰੇ ਉਹੀ ਲੈ ਕੇ ਆ ਗਿਆ ਜੀ? ਚੱਲ ਕੋਈ ਨਾ, ਨਾਲੇ ਦੋਏ ਤਰ੍ਹਾਂ ਦੀ ਮਾੜੀ ਮੋਟੀ, ਜੇ ਉਹ ਹਲਕੇ 4 ਰੁਪਈਏ ਲੱਗਣਗੇ ਖਾਨੇ ਆ ਕਲਾ ਪੇ ਆਜੂਗੀ। ਹੁਣ ਉਹਨਾਂ ਤੋਂ ਵੀ ਐਂ ਕਢਾਉਣੇ ਨੇ? ਆਪਾਂ ਤਾਂ ਕਹਾਉਣਾ ਕਢਾਉਣ ਵਾਲੇ ਜੀ। ਤੇਰਾ ਪਤਾ ਆਰਾਮ ਨਾਲ ਮੈਨੂੰ ਉਹੀ ਨੀ ਦੁੱਖ ਡਿਆ ਰਹੀ ਹੈਗਾ। ਨਾ ਨਾ ਪੈਸੇ ਪੂਸੇ ਦਾ ਤਾਂ ਕਦੇ ਆਪਾਂ ਨੇ ਔੜਕਾ ਕਰਿਆ ਨੀ ਜੀ। ਹਾਂ ਜੇ ਤੂੰ ਨੀ ਔੜਕਾ ਕਰਿਆ ਕਿਸੇ ਨੇ ਨੀ ਕਰਿਆ। ਨਾ ਨਾ ਜੀ, ਨਾ ਨਾ ਹੈ ਉਹ ਮੰਗੇ। ਹਾਂ ਪਾਪੇ, ਉਹ ਕੰਜਰਾਂ ਦੇ ਮੱਗਰ ਉੱਡੀ ਜਾ ਆਪਣੇ ਨਾਲ ਚਾਲ ਖੇਡ ਗਏ 420 ਕਰਕੇ। ਹੋਰ ਪੈਸਾ ਮਾਰਿਆ ਉਹਨਾਂ ਨੇ, ਪਾਲੜਾ ਵਧਾ ਗਿਆ ਆਪਣੇ ਨਾਲ। ਹੋਰ ਬਹੁਤ ਹੁਸ਼ਿਆਰ ਨੇ ਬਾਲੇ ਯਾਰੇ, ਪਾਪੇ ਨੂੰ ਪੈਰ ਲੱਗਣ ਦਿੰਦੇ ਨੇ। ਪੁੱਠਾ ਪਾਤਾ ਕੇਸ। ਹੋਰ ਐਂ ਕਰ ਤੂੰ ਹੁਣ ਮੈਨੂੰ ਪੈਸੇ ਦੇ ਥੋੜੇ ਜਿਹੇ, ਪੈਸੇ ਲਿਆਵਾਂਗੇ ਦੇਖਾਂਗੇ। ਓਏ ਉਹਨਾਂ ਨਾਲ ਕਰੇ ਹੋਏ ਨੇ, ਚੱਲ 50000 ਰੁਪਏ ਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਉਰਮਗੇ, ਕਿਵੇਂ ਆ? ਵਧੀਆ ਜੀ, ਹੋਰ ਠੀਕ ਹੋਏ? ਐਂ ਠੀਕ ਠਾਕ। ਬਹਿ ਜਾਓ ਜੀ। ਹੋਰ ਰੂਪ ਸਿੰਘ ਜੀ ਬੈਠੋ ਜੀ ਬੈਠੋ। ਤਕੜੇ ਹੋ? ਹਾਂ ਵਧੀਆ ਭਾਈ। ਹੋਰ ਸਿਹਤਾਂ ਠੀਕ ਨੇ? ਹਾਂ ਠੀਕ ਹੈ, ਟਾਈਮ ਪਾਸ ਹੋਈ। ਅੱਛਾ ਅੱਛਾ, ਹੋਰ ਚਾਹ ਬਣਵਾਈ ਜੀ? ਨਾ ਨਾ ਚਾਹ ਪੀ ਕੇ ਆਇਆ ਸੀ ਬਸ, ਮੈਂ ਇੱਥੋਂ ਲੰਘਦਾ ਸੀਗਾ, ਡਿਊਟੀ ਆਫ ਹੋ ਗਈ ਤੀ। ਅੱਛਾ ਜੀ। ਮੈਂ ਚੱਲ ਜਾਂਦਾ ਜਾਂਦਾ ਮੰਗਿਆ ਉਹਨੂੰ ਮਿਲ ਕੇ ਜਾਣਾ। ਅੱਛਾ ਠੀਕ ਆ ਜੀ, ਕਰਿਆ ਹੋਇਆ ਜੀ ਮੈਂ ਕੰਮ, ਕੱਲ ਨੂੰ ਕਰੂੰਗਾ। ਕੱਲ ਨੂੰ ਤਾਂ ਯਾਰ ਲੇਟ ਹੋ ਹੀ ਜਾਂਦੇ ਆ, ਅੱਜ ਫਿਰ ਉਹ ਹੋ ਗਿਆ ਕਵੇੜਾ ਜਾ ਹੋ ਗਿਆ ਥੋੜਾ ਜਿਹਾ, ਪੈਸਾ ਤੁਹਾਨੂੰ ਪਤਾ ਹੀ ਆ ਜੀ, ਟਾਈਮ ਲੱਗ ਗਿਆ। ਕਰ ਦਾਂਗੇ 4 ਵਜੇ ਤੋਂ ਬਾਅਦ ਫਿਰ ਕੰਮ ਲੰਮਾ ਨਾ ਪਾਓ। ਨਾ 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 ਲੰਬਾ ਨਹੀਂ, ਬਸ ਕੱਲ ਨੂੰ ਨਮੇੜ ਦਾਂਗੇ। ਹੋਰ ਉਹ ਐਂ ਆ ਅਗਲੇ ਨੂੰ ਮੌਕਾ ਮਿਲੀ ਜਾਂਦਾ ਹੁੰਦਾ, ਉਹ ਵਿੱਚੋਂ ਇੱਕ ਨਦੀਆਂ ਗੱਲਾਂ ਕੱਢੀ ਜਾਂਦਾ ਹੁੰਦਾ ਅਗਲਾ। ਨਾ ਆਪਾਂ ਦੇਣੇ ਨਹੀਂ, ਬਸ ਕੱਲ ਨੂੰ ਤੁਹਾਡਾ ਕੰਮ ਕਰ ਦਾਂਗੇ, ਤੜਕੇ ਆ ਜਾਓ ਕੱਲ ਨੂੰ, ਚਾਹੇ ਤੁਸੀਂ ਸਵੇਰੇ ਹੀ ਆ ਜਾਓ। 10 ਵਜੇ ਨੂੰ 5 ਵਜੇ ਤੱਕ ਮੈਂ ਅਸੀਂ ਉੱਧਰ ਜਾਣ ਜੋਗ ਰਹੇ ਹਾਂ। ਮੈਂ ਤਾਂ ਕਾਹਨੂੰ ਆਉਣਾ ਹੈ, ਮੈਂ ਤਾਂ ਜੂੰ ਹੀ ਲੰਘਦਾ ਲੰਘਦਾ ਮਹਾਂ ਚੱਲ ਵੀ ਮਿਲੇ ਜਾਣਾ। ਬਸ ਗੇੜਾ ਮਾਰ ਜਿਓ ਕੱਲ ਨੂੰ ਆਉਂਦੇ ਹੋਏ, ਹੋਰ ਖੇਚੜਾ ਕਰਾਉਂਗੇ, ਹਟਦੇ ਨਹੀਂ। ਸਵੇਰੇ ਜਾਂਦੇ ਹੋਏ ਖੜ ਜਿਓ ਮੜਾ ਜਿਹਾ ਡਿਊਟੀ ਤੇ, ਜਾਂਦੇ ਹੋਏ ਤਾਂ ਲੋਟ ਨਹੀਂ ਆਉਣਾ। ਫਿਰ ਤੁਸੀਂ ਦੇਖ ਕੇ ਰੋਟੀ ਦੇ ਟਾਈਮ ਆ ਜਾਇਓ ਵਿੱਚ ਵਿਚਾਲੇ ਜੇ ਦੁਪਹਿਰੇ। ਅੱਛਾ ਰੋਟੀ ਕਰੋਗੇ ਹੈਂ? ਹੋਰ ਰੋਟੀ ਕਰਦਾਂਗੇ। ਚਲੋ ਤੁਹਾਡੀ ਮਰਜ਼ੀ ਹੈ। ਹਾਂ ਅੱਜ ਫਿਰ ਕੁਛ ਕੋਈ ਹੱਲ ਹੈ ਨਹੀਂ ਹੈ? ਨਾ ਅੱਜ ਨਹੀਂ ਹੈਗਾ ਹੱਲ ਕੋਈ, ਕੱਲ ਨੂੰ ਕਰਦਾਂਗੇ। ਹੋਰ ਫਿਰ ਪਤਾ ਹੀ ਆ ਤੁਹਾਨੂੰ, ਥੱਕੇ ਹਾਰੇ ਤੇ ਪਏ। ਪਤਾ ਕੀ ਆ, ਉਹ ਮਾੜੇ ਜਿਹੇ ਤੇਜ਼ ਹੋਏ ਫਿਰਦੇ ਨੇ ਤਾਂ ਕਰਕੇ ਤੁਹਾਨੂੰ ਕਹਿਣਾ। ਕੋਈ ਨਾ ਆਪਾਂ ਹੋਰ ਤੇਜ਼ ਕਰਦਾਂਗੇ, ਆਪਦਾ ਵੀ ਬਚਾਓ ਰੱਖਿਓ। ਉਹ ਅਗਲਾ ਇੱਕ ਦੋ ਗੱਲਾਂ ਖੇਡਦੀ ਹੁੰਦਾ ਨਵੀਆਂ। ਚਲੋ ਕੋਈ ਨਾ, ਹੁਣ ਤੁਹਾਡੇ ਨਾਲ ਜ਼ਬਾਨ ਕਰ ਲਈ, ਆਪਾਂ ਛੋਟੇ ਮੋਟੇ ਤਾਂ ਕੰਮ ਨਹੀਂ ਕਰਿਆ ਹੁਣ। ਨਾ ਉਹ ਤਾਂ ਠੀਕ ਹੈ, ਹੋਰ ਉਹ ਤਾਂ ਹੀ ਆ। ਚਲੋ ਵੀ ਆਪਾਂ ਵੀ ਅੱਗੇ ਦੇਣਾ ਗਾ ਲੈਣਾ ਕਰਨਾ ਹੁੰਦਾ ਹੈ, ਵੀ ਬੰਦੇ ਨੂੰ ਮਿਲਣਾ ਹੈ। ਕੋਈ ਨਾ, ਕੱਲ ਨੂੰ ਪੱਕਾ, ਕੱਲ ਨੂੰ 10-12 ਵਜੇ ਦਿਨ ਆਪਦਾ ਜਦ ਮਰਜ਼ੀ ਆਇਓ। ਬਸ ਠੀਕ ਹੈ, ਚਲੋ ਠੀਕ ਆ, ਚੰਗਾ ਫਿਰ ਮੰਗੇ, ਠੰਡਾ ਬਸ ਮਿਲਦੇ ਹਾਂ। ਚੰਗਾ ਜੀ ਰੂਪ ਜੀ, ਚੰਗਾ ਭਾਈ। ਨਵਾਂ ਨਵਾਂ ਅੱਖ ਚੋਰ ਨਾ ਮਿਲਿਆ ਦੇਖ ਲਾ ਪਾਪੇ, 1509 ਤਾਂ ਹੀ ਲੱਗ ਗਈ ਹੈ।
ਤੁਹਾਡੇ ਉਹੀ ਕੰਮ ਵੀਰਾ ਮੈਨੂੰ ਸਮਝ ਤੋਂ ਬਾਹਰ ਹੈ ਕੰਮ ਮੈਂ ਹੁਣ ਅਗਲੇ ਨੂੰ ਕੀ ਕਹਾਂ ਕੀ ਜਵਾਬ ਦੇਵਾਂ ਲੈ ਮੈਂ ਦੱਸ ਹੁਣ ਕੀ ਕਰਾਂ ਹੁਣ ਜਿਹੜਾ ਬਿੱਡ ਲੱਗ ਗਿਆ ਇਹਦਾ ਹੁਣ ਸਾਹਮਣੇ ਪਊਗਾ ਜਿਹੜੀ ਆਂਟ ਲੈ ਕੇ ਅਗਲਾ ਆ ਜਾਂਦਾ ਨਾਲੇ ਅਗਲਾ ਲੱਤ ਉੱਤੇ ਕਰ ਜਾਂਦਾ ਨਾਲੇ ਬਸ ਫਾਹਾ ਵੱਡਾਂਗੇ ਹੁਣ ਕੱਲ ਨੂੰ ਇਹਦਾ ਨਮੇੜ ਦਾਂਗੇ ਮੱਥਾ ਝੁਲਸਦਾਂਗੇ ਕਿੰਨੇ ਕਿ ਤਾਂ ਵੱਢੀ ਜਾਵਾਂਗੇ ਫਾਹਾ ਪਹਿਲਾਂ ਫਾਹਾ ਵੱਢਿਆ ਹੁਣ ਹੋਰ ਫਾਹਾ ਵੱਢ ਲੈ ਉਹ ਪਾਪੇ ਇਹਦਾ ਬਸ ਜਿੰਨੇ ਮਰਜ਼ੀ ਦੇਈ ਜਾ ਇਹਦਾ ਅਰਦਾ ਚੁੱਪ ਕਰਕੇ ਹੁਣ ਟਾਈਮ ਕੱਢਣਾ ਪਊਗਾ ਘਰ ਖੰਗਲ ਕਰ ਦੇਣਾ ਚਾਹ 'ਚ ਜਿੰਨਾ ਮਰਜ਼ੀ ਮਿੱਠਾ ਪਾਈ ਜਾ ਉਨੀ ਜ਼ਿਆਦਾ ਕਹਿ ਦੇਣੇ ਫਿਰ ਘੱਟ ਫਿਰ ਪਾ ਦੇ ਚੱਲ ਕੋਈ ਨਾ ਫਿਰ ਹੁਣ ਕੱਲ੍ਹ ਤੂੰ ਹੋਰ ਮਾੜਾ ਕਰ ਲੈ ਹਿੱਲਾ ਅੱਛਾ ਮੈਨੂੰ ਚਾਹੀਦੇ ਨੇ ਆਥਣੇ ਜੇ ਮੈਂ ਫਿਰ ਕਰਕੇ ਆਉਂਗਾ ਉਹ ਤੂੰ ਕਿਉਂ ਗਧਿਆਂ ਨੂੰ ਖੇਤ ਲਟਾਉਣਾ ਉਹ ਕਿਉਂ ਗਧਿਆਂ ਨੂੰ ਖੇਤ ਲਟਾਉਣਾ ਚੱਲ ਫਿਰ ਲਾ ਲਾ ਆਪਦੇ ਪੁੜਿਆਂ ਨੂੰ ਤੇਲ ਕਿਉਂ ਗਧਿਆਂ ਨੂੰ ਖੇਤ ਲਟਾਉਣਾ ਤੂੰ ਫੇਰ ਬਾਗ ਜੀ ਇਹਦੇ ਨਾਲ ਕਿਉਂ ਮਿੱਟੀ ਪੜਦਾ ਹੈ ਕੰਜਰਾ ਪਰਾਂ ਨਵੇੜ ਕੇ ਪਰਾਂ ਮਾਰਦਾ ਕਿੱਡੀ ਕੀ ਗਲਤੀ ਹੈ ਨਵੇੜੇ ਰਹੇ ਜੇ ਪਈ ਕੋਈ ਗਿੱਲਾ ਪੀਣਾ ਪਾਈ ਜਣਾ ਹਰ ਟਾਈਮ ਕਣਕ ਗਿੱਲੀ ਕਦੇ ਐ ਕਦੇ ਐ ਹੁਣ ਜੇ ਤੈਨੂੰ ਮੈਨੂੰ ਤੈਨੂੰ ਕਹਦੋ ਕਹਦੋ ਗੇੜੇ ਮਰਾਉਣਾ ਉਹਨੇ ਗੇੜਿਆਂ ਦੇ ਲਊ ਪੈਸੇ ਨਾਲੇ ਨਾਲੇ ਗੇੜੇ ਮਾਰਨ ਦੇ ਲਊ ਵਿੱਚ ਪਰ ਲੈ ਦੇ ਮੈਨੂੰ 50 ਹਜ਼ਾਰ ਤੈਨੂੰ 50 ਹਜ਼ਾਰ ਓਏ ਮੇਰਾ ਲੈਣਾ ਨਹੀਂ ਦੇਣਾ ਨਹੀਂ ਰਾਂਦ ਕੱਟ ਦੇਣਾ ਕਰੇ ਕਤਰੇ ਕੰਮ ਦੀ ਵੀਰਾ ਨਾਲ ਜੇ ਦਿੰਦਾ ਨਹੀਂ ਕੋਈ ਗੱਲ ਹੈ ਮੇਰਾ ਓਏ ਮਰੀ ਜੰਨਾ ਓਏ ਬੰਦਿਆਂ ਦੀ ਗੱਲ ਕਰ ਲਿਆ ਕਰੋ ਮਾੜਾ ਮੋਟਾ ਕੋਈ ਮਾੜਾ ਮੋਟਾ ਦਾੜੀ ਆ ਰਹੀ ਆ ਤੁਹਾਡੇ ਹੈ ਨਵੇਂ ਨੇ ਸ਼ਰਮ ਆਏਗੀ ਤੁਹਾਨੂੰ ਸਾਰੇ ਟੱਬਰ ਬਿੱਜੂਆਂ ਦਾ ਇਕੱਠਾ ਹੋ ਰਿਹਾ ਤੁਹਾਨੂੰ ਕਿਹਨੂੰ ਸਮਝਾਵੇ ਹੈ ਉਹ ਮਿੱਟੀ ਪੱਟਦੀ ਤੁਸੀਂ ਤਾਂ ਕੰਜਰੋ ਜਮੀ ਰਹਿੰਦੀ ਖੁਦੀ ਉਹ ਪੁੱਠੇ ਪੈਰਾਂ ਵਾਲੀ ਨੇ ਪੱਟਦੀ ਜਮੀ ਉਹ ਜੀਣ ਦੇ ਉੱਕਰੇ ਦਾ ਛੱਡ ਦਿੰਦੇ ਉਹ ਤੁਹਾਡੀ ਮਾਂ ਦਾ ਜਮੀ ਬੇੜਾ ਲੈ ਕੇ ਬੈਠ ਗਈ ਪਹਿਲਾਂ ਉਹ ਪੇਕੇ ਜਾ ਕੇ ਬਹਿ ਗਈ ਉਹ ਨਹੀਂ ਆਈ ਮੁੜ ਕੇ ਕਿਸੇ ਕਰਮ ਦਾ ਨਹੀਂ ਛੱਡਦੇ ਕਿਸੇ ਕਰਮ ਦਾ ਘਰ ਲਟਾਈ ਜਾਂਦੇ ਨੇ ਇਹਨਾਂ ਨੂੰ ਦਰ ਫਟੇ ਨੂੰ ਤੁਹਾਡੇ ਇਹ ਜਾਂਦੇ ਉਹ ਇੱਕ ਵਾਰੀ ਜੇ ਮੱਥਾ ਟੇਕ ਲੈਂਦਾ ਜਿਹੜਾ ਦੁਬਾਰੇ ਦੁਬਾਰੇ ਟੇਕੀ ਜਾਂਦੇ ਹੋ ਰੋਕਦਾ ਵਗ ਜਾਂਦਾ ਆਹ ਦੁਬਾਰੇ ਦਵਾਈ ਲੈ ਲਓ ਦੁਬਾਰੇ ਗੋਲੀਆਂ ਲੈ ਲਓ ਆਹ ਲੈ ਲਓ ਦੁਰ ਫਟੇ ਨੂੰ ਬੇ ਮਗਰਾ ਹਾਂ ਬੇਬੇ ਮੇਰੀ ਗੱਲ ਸੁਣ ਹਾਂ ਭਾਈ ਤੂੰ ਤਾਂ ਕਹਿ ਕੇ ਆਪਾਂ ਉਹਨਾਂ ਨੂੰ ਫਸਾਵਾਂਗੇ ਇਹ ਤਾਂ ਆਪਾਂ ਨੂੰ ਬਰੋਬਰ ਕੜੀ ਉਸਦੇ ਫਿਰਦੇ ਨੇ ਉਹ ਬੇਬੇ ਇੰਨਾ ਕਦਾ ਚੱਲੂਗਾ ਇੰਨਾ ਕਦਾ ਚੱਲੂਗਾ ਪੈਸੇ ਦੇ ਕੇ ਵੀ ਚੱਲੂਗਾ ਸਾਡਾ ਘਰੋਂ ਖੁੰਗਲ ਹੋ ਜਾਂਦੇ ਨਾਲ ਫੇਰ ਆਪਾਂ ਨੂੰ ਥਾਣੇ ਦਲਵਾਰੇ ਫਿਰਨਾ ਪੈਂਦਾ ਮੈਨੂੰ ਨਹੀਂ ਇਹ ਗੱਲਾਂ ਵਧੀਆ ਲੱਗਦੀਆਂ ਬੇਬੇ ਹੁਣ ਮੁਲਾਜ਼ਮਾਂ ਨੇ ਕਿਹਾ ਤਾਂ ਹੈਗਾ ਵੀ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਵੀ ਤੁਹਾਡੀ ਬਾਰ ਬਾਰ ਜਵਾਨਤ ਹੋ ਜੂਗੀ ਫਿਰ ਜਾਣਾ ਤਾਂ ਪਊਗਾ ਨਾ ਹਾਂ ਆਪਾਂ ਨਹੀਂ ਜਾਂਦੇ ਕਿਤੇ ਅੱਛਾ ਆਪਾਂ ਤਾਂ ਘਰੇ ਜਾਵਾਂਗੇ ਹੁਣ ਬੇਬੇ ਮੈਨੂੰ ਤਾਂ ਹਰੇ ਵੀ ਦਾਜ ਕਾਲਾ ਲੱਗਦਾ ਵੀ ਇਹ ਤਾਂ ਨਿਬੜਦੀ ਨਹੀਂ ਤੀਜੇ ਕੁ ਦਿਨ ਆ ਜਾਂਦੇ ਨੇ ਤੀਜੇ ਕੁ ਦਿਨ ਆਏ ਕਿ ਉਹ ਕਿੱਕਰਾਂ ਦੇ ਲੱਗੇ ਹੋਏ ਨੇ ਪੈਸੇ ਤੇਰੇ ਸਾਹਮਣੇ ਕਿਹਾ ਨਹੀਂ ਹੈਗਾ ਵੀ ਇੱਦੋਂ ਮੁੜ ਕੇ ਸਾਡੇ ਖੇਤ ਨਾ ਜਾਓ ਨਮੇੜ ਤਾਂ ਜਿਹੜਾ ਨਮੇੜ ਅਜੇ ਦੇਣਾ ਤੈਨੂੰ ਕਰਤਾ ਸਾਰਾ ਚਾਹ ਪਾਣੀ ਇਹਨਾਂ ਦਾ ਇਹਨਾਂ ਚਾਹ ਪਾਣੀ ਤਾਂ ਪੂਰਾ ਹੀ ਨਹੀਂ ਹੁੰਦਾ ਹੈਂ ਇਹਨਾਂ ਦੇ ਤਾਂ ਕੱਪੀਆਂ ਛੋਟੀਆਂ ਹੁੰਦੀਆਂ ਨੇ ਇਹਦਾ ਗਲਾਸਾਂ ਨੂੰ ਹੱਥ ਪਾ ਲੈਂਦੇ ਨੇ ਫਿਰ ਪਰ ਦੇਖੀ ਹੋਵੇ ਫਿਰ ਗਲਾਸਾਂ ਦੇਣਾ ਪਊ ਤਾਂ ਫਿਰ ਹੁਣ ਚੱਲ ਚੰਗਾ ਭਾਈ ਫਿਰ ਘਰੇ ਚੱਲੀਏ ਹੁਣ ਹਾਂ ਹੁਣ ਆਪਾਂ ਘਰੇ ਚੱਲਦੇ ਹਾਂ ਬੇਟੀ ਨੂੰ ਜਿੰਦਾ ਲਾਇਆ ਆ ਤੀ ਜਿੰਦਾ ਲਾਤਾ ਤੇਰੇ ਬਾਪ ਦਾ ਨਹੀਂ ਪਤਾ ਹੱਥ ਮਾਰ ਜਾਂਦਾ ਉਹ ਤਾਂ ਹੈ ਨਹੀਂ ਕਰੇ ਕਿਤੇ ਉਸੇ ਆਪਾਂ ਜਿੰਦਾ ਖੁੱਲਾ ਰਹਿ ਜੇ ਮੇਰਾ ਉਹ ਤਾਂ ਘਰੇ ਨਹੀਂ ਹੈਗਾ ਤੇ ਉਹਦੇ ਨਾਲੇ ਚੱਲ ਚੱਲੀਏ ਫਿਰ ਹਾਂ ਚੱਲ ਤੁਰ ਬਣੂਗਾ ਜਿਹੜਾ ਕੋ ਦੇਖੀ ਜਾ ਮੈਂ ਤਾਂ ਬੇਬੇ ਤੈਨੂੰ ਐਂ ਕਹਿਣਾ ਜੇ ਚਲੋ ਹੁਣ ਇਹ 10 ਤਾਂ ਲੈ ਗਏ ਹੁਣ ਮੈਂ ਦੇਖੇ ਤੇ ਘਰੇ 40-50 ਹਜ਼ਾਰ ਰੁਪਇਆ ਪਿਆ ਹੋ ਦੇਖ ਲੈ ਮੈਂ ਤਾਂ ਹੀ ਨਹੀਂ ਤੈਨੂੰ ਮਗਰਾ ਉਹੀ ਗੱਲ ਹੈ ਕਿ ਕੁੰਜੀ ਦੇ ਕੇ ਰਾਜੀ ਤਾਂ ਹੀ ਤੈਨੂੰ ਮੈਂ ਦੱਸ ਦਿੱਤੀ ਤੂੰ ਤਾਂ ਮੇਰੀ ਬੇਟੀ 'ਚ ਹੱਥ ਮਾਰਿਆ ਆ ਹੁਣ ਉਹ ਪਤਾ ਕਦੋਂ ਮੌਕਾ ਕੋਈ ਲੋੜ ਪਈ ਆਪਾਂ ਨੂੰ ਉਹ ਬੇਬੇ ਫਿਰ ਮੈਂ ਕਿਹੜਾ ਕੱਢ ਕੇ ਲਿਆ ਕੋਈ ਪੈਸੇ ਮੈਂ ਤਾਂ ਇਕੱਲੇ ਦੇਖ ਕੇ ਆਇਆ ਵੀ 40-50 ਹਜ਼ਾਰ ਰੁਪਇਆ ਰਹੇਗਾ 10 ਲਿਆ ਤੇ ਤੂੰ 100 ਰੁਪਏ ਉੱਪਰ ਲਿਆ ਮੈਂ ਉਹ ਤਾਂ ਮੈਂ ਕਿਸੇ ਦੇ ਦੇਣੇ ਨੇ 40-50 ਹਜ਼ਾਰ ਰੁਪਏ ਤੇਰੇ ਮਾਮੇ ਤੋਂ ਉਧਾਰਾ ਪੜਿਆ ਆਹੋ ਝੂਠ ਨਾ ਬੋਲਿਆ ਕਰ ਝੂਠ ਕਿਵੇਂ ਨਾ ਬੋਲਾਂ 50 ਹਜ਼ਾਰ ਉੱਥੇ ਤੈਨੂੰ ਤਾਂ ਪਤੀ ਤੈਨੂੰ ਕਿੰਨੇ ਨੇ ਕੋਚੀਆਂ ਰੱਖ ਦੇ ਤੂੰ ਵੀ ਕਿੱਥੋਂ ਦੇ ਲੈ ਸਿਆਪਾ ਛੇੜ ਲਿਆ ਮੈਂ ਕਹਿ ਕੇ ਵੀ ਉੱਥੇ ਕੱਢ ਲੈ ਜੇ ਐਂ ਪਤਾ ਹੁੰਦਾ ਮੈਂ ਬਾਹਰ ਕੱਢ ਕੇ ਧਰਿਆ ਹੁੰਦੀ ਟਰੰਕ ਟਰੁੰਕ 'ਚ ਆ ਹੁਣ ਸਿਆਪਾ ਹੋ ਗਿਆ ਪਤਾ ਲੱਗ ਗਿਆ ਇਹਨੂੰ ਪੈਸਿਆਂ ਦਾ ਨਾ ਬਾਈ ਉਹ ਤਾਂ ਦੇਖ ਬੇਬੇ ਮੇਰੀ ਗੱਲ ਨਹੀਂ ਹੈਗੇ ਮਗਰ ਮੇਰੀ ਗੱਲ ਸੁਣ ਲਾ ਬੇਬੇ ਕਦੋਂ ਵੀ ਪੁਲਿਸ ਆ ਸੇ ਦੁਬਾਰੇ ਆਪਦਾ ਲੜਨਾ ਬੰਨ ਕੇ ਰੱਖ ਲੈ ਨਹੀਂ ਪਈ ਉਹਨਾਂ ਨੂੰ ਮੈਂ ਕਹਿ ਦੂੰ ਆਪਦਾ ਸਾਡਾ ਕੇਸ ਅਸੀਂ ਆਪ ਹੀ ਦੇਖਾਂਗੇ ਹੁਣ ਤੂੰ ਦੇਖ ਲੈ ਤਾਂ ਕਿਵੇਂ ਕਰਨਾ ਹੁਣ ਲੜਨਾ ਸਾਰੇ ਬੰਨੀ ਫਿਰਾਂ ਮੈਂ ਹਾਂ ਉਹਦਾ ਬੰਨਣੇ ਪੈਣਗੇ ਵੀ ਸਾਰੇ ਲੈ ਹੁਣ ਸਾਰੇ ਦੇਵਾਂ ਉਹਨਾਂ ਨੂੰ ਉਹਦਾ ਕੋਈ ਪਤਾ ਨਹੀਂ ਦੁਬਾਰੇ ਕਿੰਨੇ ਮੰਗ ਲੈਣਾ ਇਹ ਤਾਂ ਗੱਲ ਗਲਤ ਹੈ ਮਗਰਾ ਮੈਨੂੰ ਜੇਲ੍ਹ 'ਚ ਫਸਾ ਦੇ ਮੈਂ ਇੱਥੋਂ ਇੰਨੇ ਪੈਸੇ ਨਹੀਂ ਦਿੱਤੇ ਜਾਂਦੇ ਮੈਨੂੰ ਤਾਂ ਲੋੜ ਨਹੀਂ ਮੈਂ ਕਹਿ ਦੂੰਗਾ ਉਹਨਾਂ ਨੂੰ ਜੇ ਦੁਬਾਰੇ ਉਹਨਾਂ ਕਹਿੰਦੇ ਮੇਰੀ ਬੇਬੇ ਨੂੰ ਲੈ ਜਾਓ ਮੈਂ ਤੁਹਾਨੂੰ ਦੇ ਦਿੰਦਾ ਮੇਰੇ ਨਾਲ ਕਰਾਂ ਦੀ ਗੱਲ ਮੈਂ ਦੇਵਾਂ ਇਹਨਾਂ ਨੋਟ ਤੀਜੇ ਦਿਨ
ਇਕੱਠੇ ਹੋ ਕੇ ਆ ਜਾਂਦੇ ਨੇ ਇੱਥੇ। ਉਹ ਕੁੜੀ ਜੀ ਨੇ ਵੀ ਸ਼ਰਮ ਲਾ ਰੱਖੀ ਹੈ, ਕੋਈ ਰਿਸ਼ਤੇਦਾਰੀ ਦੀ ਲਿਹਾਜ਼ ਨਹੀਂ ਰੱਖਦੀ। ਕਰ ਰਾਮ ਲਾਲ ਗੱਲ, ਕਰ ਰਾਮ ਲਾਲ ਗੱਲ। ਉਹ ਤਾਂ ਹੀ ਤਾਂ ਤੈਨੂੰ ਕਹਿਣਾ, ਚੱਲ ਬਾਬੇ ਛੱਡ ਪਰਾਂ, ਪਰੇ ਗੱਲਾਂ ਕੀ ਕਰਨੀਆਂ ਨੇ। ਚੱਲ ਤੁਰ, ਐਵੇਂ ਕੋਈ ਬੰਦਾ ਬੰਦਾ ਖੜਾ ਹੁੰਦਾ ਪਿੱਛੇ ਸੁਣ ਲੈਂਦਾ ਹੁੰਦਾ ਵੀ ਪੁਲਿਸ ਨੂੰ ਮਾੜਾ ਬੋਲਦੇ ਨੇ, ਚੱਲ ਆਪਾਂ ਘਰੇ ਚੱਲਦੇ ਹਾਂ। ਆਪਾਂ ਨੇ ਕੀ ਮਾੜਾ ਬੋਲਣਾ ਪੁਲਿਸ ਨੂੰ, ਲੈ ਗਈ ਲੈ ਫੜ ਖੜੀ ਕਰ, ਮੰਜੇ ਤੇ ਵੀ ਨਹੀਂ ਆਈਦੇ, ਨਹੀਂ ਦੌਣ ਪਾਉਂਦਾ ਲਿਆ ਕੇ ਚੱਜਣ ਆਈ ਨੂੰ ਬੁਣ ਲਈ ਮਾੜਾ ਮੋਟਾ। ਤੀਵੀਂ ਨੂੰ ਭੋਰਾ ਨਹੀਂ ਕਹਿੰਦਾ, ਮੰਜਾ ਤਾਂ ਬੁਣ ਲੈ, ਤੂੰ ਬੁਣਦੇ? ਹਾਂ ਮੈਂ ਬੁਣਦਿਆਂ, ਉਹਨੂੰ ਨਾ ਕਹੀ ਹੈ, ਦੇਖ ਲਾ। ਹਾਂ ਇੱਕ ਤਾਂ ਬੇਬੇ ਪੁੱਠੇ ਪਕੰਮ ਬਹੁਤ ਕਰਦੀਆਂ ਤੂੰ, ਹੁਣ ਮਨ ਜਾ ਕਰਦਾ ਨਹੀਂ ਘਰੇ ਜਾਣ ਨੂੰ। ਮੈਂ ਕੀ ਕਰਾਂ ਫਿਰ, ਘਰੇ ਤਾਂ ਜਾਣਾ ਪਊਗਾ, ਇੱਥੇ ਆਪਾਂ ਨੂੰ ਕੀਤਾ ਜਾ ਪਿਆ ਹੈ। ਕਿਤੇ ਘਰੇ ਜਾਂਦੇ ਨੂੰ ਕਿਤੇ ਹੋਰ ਨਾ ਝੱਜੂ ਛੱਡ ਜੇ ਕੋਈ, ਐਂ ਕਿਵੇਂ ਛੇੜ ਜੂਗਾ ਕੋਈ ਝੱਜੂ? ਝੱਜੂ ਛੇੜਨ ਵਾਲਾ ਹੈ ਕੌਣ? ਤੇਰਾ ਬਾਪ ਹੈ, ਕੋਈ ਨਹੀਂ ਛੇੜਦਾ, ਜਾਓ ਤੇਰੀ ਕੀਮੀ ਆ ਲੰਗੜੀ ਜੀ ਉਹ ਛੇੜੂ। ਫਿਰ ਉਰੀ ਬਹਿ ਜਾ, ਮੈਂ ਕਹਿੰਦਾ ਲੈ, ਕਹਿੰਦਾ ਉਰੀ ਬਹਿ ਜਾ, ਹੋਰ ਇੱਥੇ ਬਹਿ ਜਾ ਬੇਬੇ, ਚੱਲ ਪਾ ਕੇ ਚੱਲਦੇ, ਚੱਲ ਆ ਜਾ ਨਾ ਬੈਠ ਤੂੰ, ਚੱਲ ਚੱਲ ਤੁਰ, ਚੱਲ 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 ਆ ਜਾ। ਡਰੀ ਨਾ ਬਸ, ਇੰਨੀ ਗੱਲ ਕਹਿਤੀ ਮੈਂ ਬੇਬੇ, ਦੇਖ ਜੇ ਕੋਈ ਪੁੱਛੂਗਾ ਕਹਿੰਦੇ ਕਿੱਥੋਂ ਆ, ਮੈਂ ਤਾਂ ਭਾਈ ਕਹਿੰਦੇ ਮੇਰੇ ਪੇਕੇ ਗਈ ਹੋਈ ਸੀ ਕਦੇ, ਠੀਕ ਆ ਹਾਂ, ਐਂ ਨਾ ਕਹਿਆ ਲੋ ਵੀ ਖੇਤ ਬੈਠੇ ਤੁਸੀਂ ਕਾਹਤੋਂ, ਆ ਗੱਲ ਕਹੂਗਾ ਤਾਂ ਵੀ ਪੱਕਾ ਵੀ ਪੁਲਿਸ ਤੋਂ ਭੱਜੇ ਫਿਰਦੇ ਨੇ ਜਾਂ ਕਿਵੇਂ ਵੀ ਆ, ਕਦੇ ਭਾਈ ਕੁਛ ਨਹੀਂ ਹਿੱਸਾ, ਕਦੇ ਪੇਕੇ ਗਈ ਹੋਈ, ਮਤਲਬ ਮੇਰੇ ਆਪਦੇ ਕਹਿੰਦੇ ਮੱਗਰ ਮੇਰੇ ਨਾਲੇ ਸੀ, ਕਦੇ ਵੀ ਉੱਥੇ ਕਦੇ ਕੰਮ ਸੀ ਕੋਈ ਜ਼ਰੂਰੀ ਸਾਨੂੰ ਸੈਨ ਸੂਨ ਜੇ ਕਰਨੇ ਤੇ, ਕਹਿੰਦੇ ਕੋਈ ਮੈਂ ਤਾਂ ਬਾਕੀ ਠੀਕ ਆ ਠੀਕ ਆ, ਸਮਝ ਗਈ ਤੂੰ ਵੀ ਸੋਚ ਰਿਹਾ, ਮੈਂ ਕਿਸੇ ਨੂੰ ਕਹੂੰ ਦੱਸਦੀ ਹਾਂ, ਹਾਂ ਹਾਂ ਆਪੇ ਕਹਿ ਦੀ ਆਪਾਂ ਬਾਪੂ ਜੀ, ਸਾਰੇ ਕਿਤੇ ਥੱਕ ਹਾਰ ਕੇ ਫਿਰ ਫੁਰ ਕੇ ਆਪਾਂ ਤਾਂ ਘਰੇ ਆ ਗਏ, ਬਾਈ ਹੋਣੀ ਵੀ ਘਰੇ ਆ ਗਏ, ਪਰ ਮੈਨੂੰ ਐ ਸਮਝ ਨਹੀਂ ਆਏ ਵੀ ਆਹ ਕਿੱਥੇ ਨਿਕਲਣੇ ਮਾਂ ਪੁੱਤ ਦੋਵੇਂ। ਨਹੀਂ ਮਰਨ ਦੇ ਜਿੱਧਰ ਮਰਦੇ ਨੇ ਤਾਂ ਕੀ ਗਾਹ ਛੱਡਣਾ, ਪਰਾ ਰਾਂਦ ਕੱਢ ਰਹੀ ਆ, ਉਰੇ ਹੋਰ ਤਪਾਉਣਗੇ, ਉਰੇ ਆ ਗਏ ਜੇ ਫਰੀ ਜਾਣਦੇ ਜਿੱਥੇ ਫਿਰਦੇ ਨੇ। ਹਾਂ ਹਾਂ ਆ ਗਏ, ਅਸੀਂ ਆਏ ਨਹੀਂ ਮਰਦੇ ਤੁਹਾਡੇ ਮਾਰੇ, ਤੁਸੀਂ ਤਾਂ ਬਥੇਰੀਆਂ ਕਰੀਆਂ ਸਾਡੇ ਨਾਲ, ਅਸੀਂ ਤਾਂ ਫਿਰ ਵੀ ਆ ਗਏ, ਕਹਿੰਦਾ ਮਰਨ ਦੇ ਜਿੱਧਰ ਮਰਦੇ ਨੇ ਕਿਉਂ ਮਰੀਏ, ਤੁਸੀਂ ਨਾ ਮਰੋ, ਕਮਾਲ ਕਰਦਾ ਹੈ ਜਮਾਈ, ਬੈਠ ਮੈਂ ਮੁੰਡਿਆ ਮੰਜੇ ਤੇ। ਹਾਂ ਅਸੀਂ ਕੀ ਕਿਹਾ, ਅੱਜ ਤਾਂ ਸਭਾਈ ਕੀ ਗੱਲਾਂ ਕਰਦੇ ਤੇ, ਸਾਰਾ ਕੁਝ ਸੁਣ ਲਿਆ ਬਾਲ ਚ, ਤੈਂ ਕੀ ਕਹਿੰਦੀ ਹਾਂ ਜਿੱਥੇ ਮਰਜੀ ਮਰਨ ਦੇ, ਕਾਹ ਨੂੰ ਉਹ ਤਾਂ ਮੈਂ ਆ ਗਈ, ਹਾਂ ਮੈਂ ਸਿੰਗਲ ਲੱਗ ਰਹੀ, ਕਹਿੰਦੀ ਇਹਨੂੰ ਕੀ ਹੋ ਰਿਹਾ, ਮਾਂ ਭਾਈ ਮਰਨ ਦੇ ਤਾਂ ਹੀ ਮਰੀ, ਤੁਸੀਂ ਨੇ ਬਥੇਰੀ ਕਰਤੀ, ਬਥੇਰਾ ਸਾਨੂੰ ਫਸਾ ਕੇ ਜ਼ੋਰ ਲਾ ਲਿਆ, ਅਸੀਂ ਆਪਦੇ ਦਮ ਤੇ ਨਿਕਲਿਆ, ਆਪਦੇ ਦਮ ਤੇ ਆ ਫਿਰਦਿਆ ਬਰੀ ਹੋਏ, ਓਏ ਅਸੀਂ ਕੀ ਨੇ ਆਪਦੇ ਲੱਛਣਾਂ ਨਾਲ ਫਸੇ ਹੋ ਤੁਸੀਂ, ਅਸੀਂ ਕੌਣ ਆ ਫਸਾਉਣ ਵਾਲੇ, ਅਸੀਂ ਲੱਛਣਾਂ ਨੂੰ ਕੋਈ ਕਤਲ ਕਰਤਾ, ਕੀ ਕਰਤਾ ਸੀ ਨੇ ਲੱਛਣਾਂ ਨੂੰ, ਦੇਖ ਲਾ ਫਿਰ ਅਸੀਂ ਕੀ ਫਸਾਇਆ, ਦੱਸੋ ਕੀ ਸਬੂਤ ਆ ਓਏ, ਸਾਨੂੰ ਸਾਰਾ ਕੁਝ ਦੱਸਤਾ ਮੁਲਾਜ਼ਮ ਸਾਹਿਬ ਨੇ, ਕਹਿੰਦਾ ਬਈ ਉਹ ਕੁੜੀ ਜੀ ਨੇ ਤੁਹਾਡੇ ਤੇ ਪਰਚਾ ਕਰਾਇਆ, ਤੈਨੂੰ ਕੀ ਪਤਾ ਹੈ, ਮੈਂ ਕੋਈ ਪਰਚਾ ਨਹੀਂ ਕਰਾਇਆ, ਤੇ ਮੇਰੇ ਬਾਈ ਉਹਨਾਂ ਨੇ ਕਰਾਇਆ, ਬੇਟਾ ਕਰੋਂ ਤਾਂ ਇਹਨੇ ਪੈਰ ਨਹੀਂ ਪੱਟਿਆ, ਕਾਦੇ ਨੇ ਪਰਚਾ ਕਰਾਇਆ, ਬਸ ਕਰ ਜਾ ਬਸ ਕਰ, ਤੇਰੀਆਂ ਸਫਾਈਆਂ ਦੀ ਸਾਨੂੰ ਲੋੜ ਨਹੀਂ ਹੈਗੀ, ਸਾਨੂੰ ਸਾਰਾ ਕੁਝ ਪਤਾ ਹੈ ਵੀ ਕੌਣ ਕੀ ਕਰਦਾ ਹੈ, ਸਾਰਾ ਕੁਝ ਪਤਾ ਸੋਨੂੰ ਤਾਂ, ਤੁਸੀਂ ਸੱਚੇ ਹੋਗੇ, ਇਹ ਝੂਠੀ ਹੋ ਗਈ, ਬਸ ਹੈਗੇ ਅਸੀਂ ਸੱਚੇ, ਫਿਰ ਇਹਦੇ ਸਾਇਨ ਨੇ, ਇਹਦੇ ਉਹ ਨੇ, ਇਹਦੇ ਲਿਖੇ ਕਾਤਕ ਦੇ ਸਾਇਨ ਜਿੱਥੇ ਲਿਖਿਆ ਸਾਰਾ ਕੁਝ, ਸਾਰਾ ਕੁਝ ਇਹਦੇ ਗਵਾਹੀਆਂ ਸਭ ਕੁਝ, ਉਹ ਬਸ ਕਰੋ ਏ ਹਲਾ, ਮਾਂ ਦਾ ਚਮਚਾ ਨਾ ਹੋਵੇ ਜੇ ਹੋਵੇ ਨਾ, ਇਹ ਤੇਰੀ ਚਮਚੀ ਹੈ, ਹਾਂ ਹਲਾ ਫਿਰਦਾ ਕਿਵੇਂ ਉਹਦੇ ਧੜੇ ਚੜਿਆ, ਤੂੰ ਹੀ ਧੜੇ ਚੜਿਆ ਕਿਸੇ ਦੇ, ਕਰ ਵੀ ਗੱਲ ਕਰ, ਮਾਂ ਕਮਾਲ ਕਰਦਾ ਕਿਵੇਂ ਲੜਨਾ ਆਉਂਦਾ ਮੁੰਡੇ ਨਾਲ, ਲੜਾਣਾ ਫਿਰ ਤੂੰ ਕਿਵੇਂ ਲੱਗ ਰਿਹਾ, ਲਗਾਣਾ ਹੈ ਕਹਿੰਦਾ ਮਰਦੇ ਮਰਨ ਦੇ, ਅਸੀਂ ਕੋਈ ਨਹੀਂ ਮਰਦੇ, ਆ ਆ ਗਏ ਸੀ ਦੰਦ ਕਰ, ਤੂੰ ਮਾਰ ਕੇ ਕਿਵੇਂ ਕਰਦੇ ਕਹਿੰਦਾ, ਹਾਂ ਹੱਥ ਲਾ ਰਹੇ ਹੋ, ਹੋਰ ਨਹੀਂ ਤੇਰੇ ਵਾਲੀ ਹਲ ਤੱਕ ਮੈਂ ਪੱਕਾ ਕਰਾ ਕੇ ਨਹੀਂ, ਅਸੀਂ ਹੁਣ ਪੱਕਾ ਕਰਾ ਕੇ ਜਾ, ਦਵਾਈ ਜਾ ਤੂੰ ਜੇ ਐਡੀ ਗੱਲ ਆ ਫਿਰ ਕਰਾ ਕੇ ਵੀ ਆਵਾਂ, ਜਾ ਜਾ ਜਿਹੜਾ ਜ਼ੋਰ ਲੱਗਦਾ ਤੂੰ ਲਾ ਲੈ ਜਾ ਕੇ ਲਾ, ਹਾਂ ਵਗ ਜਾ, ਕੋਈ ਫਾਇਦਾ ਨਹੀਂ ਹੈਗਾ ਹੁਣ ਲੜ ਕੇ, ਤੂੰ ਕੀ ਕਰ ਲੇਗੀ ਫਿਰ, ਚੁੱਪ ਕਰਕੇ ਬਹਿ ਜਾ ਥੱਲੇ,
ਸ਼ਰਮ ਖਾ ਗਈ ਮੈਂ ਪੇਕਿਆਂ ਦੀ ਵੀ ਕਾਹਨੂੰ ਇਹਨੂੰ ਫਸਾਉਣਾ ਫੇਰ ਵੀ ਬੰਦਾ ਮੇਰਾ ਇਹਨੂੰ ਸ਼ਰਮ ਨੀ ਕਈ ਜਰ ਡਾਂਗਾ ਲੈ ਲਿਆਉਂਦਾ ਮੈਨੂੰ ਦੇਖ ਲਾ ਹਾਂ ਕਿਵੇਂ ਕਰਦੇ ਨੇ ਰਾਇਆ ਬੈਠ ਬੈਠ ਮੰਜਿਆਂ ਤੇ ਦੇਖ ਲਾ ਕਿ ਦਾਲ ਚ ਕਾਲਾ ਹੈ ਹੱਦ ਹੋ ਗਏ ਕਾਣੇ ਨੇ ਦੋਈ ਜੀ ਕਾਣੇ ਨੇ ਸਾਰੀ ਕਾਰਸਤਾਨੀ ਇਹਨਾਂ ਦੀ ਬੇਬੇ ਮੈਂ ਤੈਨੂੰ ਕਹਿ ਰਿਹਾ ਸੀ ਵਿੱਚ ਫੜਾ ਮੇਰੇ ਬਾਪ ਨਾ ਕਰ ਲੈਣਾ ਤੇ ਇਹਨਾਂ ਦਾ ਕੋਈ ਹੱਲ ਜਲੂਸ ਕੱਢੀ ਜਾਂਦੇ ਨੇ ਆਪਣੇ ਬਾਰ ਚ ਆ ਕੇ ਨੀ ਆ ਮੁੰਡੇ ਜਿਹੜੇ ਕੰਡੇ ਬੀਜੇ ਹੋਏ ਨੇ ਮਾੜੀ ਲਾਦ ਦੇ ਇਹਨਾਂ ਨੇ ਲਾਇਆ ਗੁੜ ਮੂੰਹ ਬਈ ਤੂੰ ਵੀ ਨਾਲ ਹੀ ਆ ਇਹਦੇ ਤੂੰ ਕਿਹੜਾ ਘੱਟ ਆ ਤੂੰ ਤਾਂ ਮੁੰਡੇ ਦਾ ਜਮੀ ਬਾਪ ਬਣਿਆ ਬੈਠਾ ਆ ਗਿਆ ਲੈ ਕਰਨਾ ਗੱਲ ਉਹ ਪਾਪੇ ਹਾਂ ਕਰਦੇ ਹੀਲਾ ਹੁਣ ਤਾਂ ਪੰਜਾਬ ਉਹ ਭਾਈ ਮੈਂ ਕਾਹਦਾ ਹੀਲਾ ਕਰਾਂ ਯਾਰ ਮੇਰੇ ਲਵੇ ਤੇਰੇ ਮਹੀਨੇ ਕਿਤੇ ਨਾ 50 ਯਾਰ ਕੀ ਕਰਨਾ ਉਹ ਸਕੂਟਰੀ ਲੈ ਕੇ ਦੇਣੀ ਆ ਉਹਨੂੰ ਪੁਲਿਸ ਆਏ ਨੂੰ ਸਕੂਟਰੀ ਹੋਰ ਮੇਰੀ ਬੇਇੱਜ਼ਤੀ ਕਰਦਾ ਰਹਿਣਾ ਪਰ ਮੈਂ ਦੇਖ ਤੇਰੇ ਹੱਕ ਚ ਬੋਲਦੀ ਆਂਗੀ ਦੇਖਿਆ ਕਰ ਮਾੜਾ ਜਿਹਾ ਮੈਂ ਤੇਰੀ ਮੰਮੀ ਆਂਗੀ ਹਾਂ ਚੱਲ ਕੋਈ ਨਾ ਹੁਣ ਪੈਸੇ ਦਾ ਦਬਾਓ ਪਾਪੇ ਕਰਦੇ ਹਿੱਲਾ ਯਾਰ ਬਈ ਮੇਰੇ ਲਵੇ ਨੀ ਇਹ ਮਹੀਨੇ ਚ ਪੈਸਾ 13ਵਾਂ ਮਹੀਨਾ ਚੱਲਦਾ ਮੈਂ ਕਿੱਥੋਂ ਲਿਆਉਂਗਾ ਪੈਸੇ ਉਹ ਯਾਰ ਫੇਰ ਲੈ ਜਾਣਗੇ ਨਹੀਂ ਚੱਕ ਕੇ ਉਹ ਲੈ ਜਾਂਦੇ ਨੇ ਲੈ ਜਾਣਗੇ ਯਾਰ ਹੁਣ ਬੱਡੂ ਆਪਣੀ ਨਾਲ ਮੈਂ ਜਵਾਨ ਕਰਾ ਲਾਂਗੇ ਪਰ ਭਈਏ ਲਾ ਲਾਂਗੇ ਕੋਈ ਨਹੀਂ ਬੰਦੇ ਲਾ ਲਾਂਗੇ ਬਈ ਗੱਲ ਸੁਣ ਹੁਣ ਤਾਂ ਜੀਰੀ ਆਉਣ ਵਾਲੀ ਵੀ ਆ ਆੜਤੀ ਤੋਂ ਧਾਰੇ ਲੈ ਲਾ ਜੀਰੀ ਮਹੀਨੇ ਨੂੰ ਜੀਰੀ ਵੱਢੀ ਜਾਣੀ ਆ ਆੜਤੀ ਦਾ ਪੈਰ ਪੱਟੀ ਨਹੀਂ ਬੰਨਣ ਦਿੰਦਾ ਗਾਹਾਂ ਤਾਂ ਉਹ ਮੜੀ ਜੀ ਆੜਤੀ ਦੇ ਧਾਰੇ ਲੈ ਲੈ ਕਰਦੀ ਆ ਗੱਲਾਂ ਕੰਜਾਂ ਆ ਇੱਕ ਤਾਂ ਨਾ ਪਹਿਲਾਂ 3.5 ਲੱਖ ਦੇ ਗੁੱਟਾ ਲਵਾ ਕੇ ਤਾਂ ਲਾਉਂਦੇ ਨੇ ਤੁਸੀਂ ਬਈ ਇੱਕ ਤਾਂ ਨਾ ਤੂੰ ਆ ਡਰਾਮੇ ਕਰਨ ਲੱਗ ਜਾਣਾ ਜਿਵੇਂ ਤੂੰ ਨਾਟਕ ਕੰਪਨੀ 'ਚ ਭਰਤੀ ਕਰਨ ਲੱਗਦਾ ਆਹ ਡਰਾਮੇ ਲੱਗਦਾ ਜਿਹੜੀ ਲੱਗ ਜਾਣਾ ਰਿੰਗਣ ਹਾਓ 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 ਕਰਨ ਲੱਗ ਜਾਣਾ ਮੈਂ ਤਾਂ ਤੇਰਾ ਗੁੱਸਾ ਬੜਾ ਚੜਦਾ ਨਹੀਂ 30,000 ਦਾ ਤੇ ਤੂੰ ਸੌਦਾ ਚੱਕ ਲਈ
15,000 ਦਾ ਕੱਪੜਾ ਲਈ ਖੜੀ ਆ। 15,000 ਕੀ ਪਤਾ ਕਿਵੇਂ ਪੈਸਾ ਬਣਦਾ। ਚੱਲ ਹੁਣ ਜੀਰੀ ਆਊਗੀ, ਉਤਰ ਜੂਗਾ ਸਾਰਾ ਕੁਛ, ਲੈ ਕੇ ਦੇ ਮੁੰਡੇ ਨੂੰ 50,000। ਤਾਰੇਂਗੀ ਤੂੰ ਨੱਕੇ ਮਾਰ ਦੀ ਵੀ ਉਤਰ ਜੂਗਾ ਸਾਰਾ ਕੁਛ। ਢੋਲੀ ਨੇ ਪਿੰਡਾ ਚੀੜਤਾ ਮੇਰਾ, ਦੇਖ ਲੈ ਲੈ ਹੱਥ ਪਾਉਂਦੀ ਆ ਜਮੀ। ਸਵੇਰੇ ਵੀ ਪੈਸਾ, ਰਾਤ ਨੂੰ ਵੀ ਪੈਸਾ, ਦੇ ਦੇ ਮੁੰਡੇ ਨੂੰ 50,000, ਮਰਦਾ 50,000 ਦਿੰਦਾ। ਓਏ ਖੱਬੀ ਬੰਨ ਨਾਲ ਲੈ ਕੇ ਜਾਊਂਗਾ, ਇਹਦੇ ਨਾਲ ਪੰਡ ਬੰਨ ਕੇ ਇੱਧਰ, ਇੱਕ ਇੱਧਰ, ਇੱਕ ਇੱਧਰ ਦੇਵੇਂਗਾ ਕਿ ਨਾ ਯਾਰ। ਬਈ ਮੈਂ ਦਿੰਦਾ 50, ਮੈਂ ਦਿੰਦਾ ਹੈਗਾ 50। ਤੂੰ ਚੁੱਪ ਕਰ, ਨਹੀਂ ਮੈਂ ਮਿਲਣੇ ਨਹੀਂ ਮਿਲਣੇ, ਚੁੱਪ ਕਰ। ਇਹ ਥੋੜੇ ਟਾਈਮ ਨੂੰ ਪੈਸੇ ਲੈ ਜਾਊਗਾ, ਫੇਰ ਚਿੱਤਰ ਖਾ ਲਈ ਫਿਰ ਕੋਈ ਨਾ। ਚਿੱਤਰ ਲੱਗਦੀ ਹੁੰਦੇ ਨੇ ਆਪਾਂ ਜਨਾਨੀਆਂ, ਚਿੱਤਰ ਖਾਣ ਨੂੰ ਜੰਮੀਆਂ ਹੁੰਦੀਆਂ ਸਾਰੀ ਉਮਰ। ਤਾਂ ਮੈਂ ਇਸ ਵੇਚ ਨੂੰ ਸਿੱਧੀ ਜੀ ਗੱਲ ਆ, ਹਾਏ ਬੇ ਬੇਬੇ ਆਊਗੀ ਨਾ, ਫਿਰ ਤੈਨੂੰ ਪਤਾ ਲੱਗੂ ਉਹਦੇ ਬੀਬੀ ਆ ਕੇ ਤੇਰਾ ਦੇਖੀ ਜਾਊਗੀ ਜਿਹੜਾ ਕੁਝ ਬਣੂ। ਬੇ ਜੇ ਤੈਨੂੰ ਕੋਈ ਡਰਾਮੇ ਦਿੰਦਾ ਮੰਮੀ ਤੈਨੂੰ, ਤੂੰ ਹੋਰ ਹੀ ਗੱਲਾਂ ਕਰੀ ਜਾਂਦੀ। ਨਹੀਂ ਉਹ ਜੁੰਡੇ ਘਮਾ ਦੂੰ, ਮੇਰੇ ਕਹੂਗੀ ਤੂੰ ਕਰਵਾਇਆ ਸਾਰਾ ਕੁਝ। ਤੂੰ ਅੱਡੇ ਤੇਰਾ ਉਮੀਦ ਨਿਕਲਣ ਵਾਲਾ ਹੋ ਜਾਂਦਾ ਵਿੱਚ। ਨਹੀਂ ਮੇਰੇ ਤਾਂ ਹਜੇ ਵੀ ਢੂਹੀ ਦੁਖਦੀ ਆ, ਕੁੱਟ ਖਾਧੀ ਮੈਨੂੰ ਤਾਂ ਭਾਈ ਬਾੜੀ ਔਖੀ ਆ। ਹੁਣ ਆਪਦੇ ਵਾਰੀ ਦਾ ਤੇਰੀ ਢੂਹੀ ਦੁਖਦੀ ਆ, ਜਿਹੜੇ ਪੈਸੇ ਮੈਂ ਲਿਆ ਕੇ ਦਿੰਦਾ ਉਹ ਤਾਂ ਤੂੰ ਕਹਿੰਦੀ ਆ ਦੇ ਦੇ ਪੈਸੇ। ਹੁਣ ਤੇਰੀ ਮੈਂ ਸਕੂਲਣ ਵਾਰੀ ਤੇਰੇ ਭਰਿੰਡ ਲੜਦੀ ਆ। ਮੈਂ ਮੇਰੀ ਨਹੀਂ ਹੈਗੀ, ਉਹ ਸੌਕੜ ਦੀ ਆ ਬੈਦਲ ਦੀ। ਮੇਰੇ ਕਹਿੰਦੇ ਤਾਂ ਜੇ ਮੇਰੀ ਹੁੰਦੀ ਚਾਹੇ ਚਾਰੇ ਵੇਚ ਆਉਂਦਾ। ਫਿਰ ਇਹਨੂੰ ਹਟਾ ਨਹੀਂ ਸਕਦੀ ਵੀ ਮੈਂ ਇਸ ਵੇਚਣ ਵਾਸਤੇ ਬੰਨੀ ਆ। ਫਿਰ ਤੂੰ ਮੇਰੇ ਸਿਰ ਤੇ ਸਾਈਆਂ, ਤੂੰ ਦੇ ਦੇ ਇਹਨੂੰ 50,000 ਰੁਪਇਆ। ਗੱਲਾਂ ਦੇਖ ਲੈ ਗੰਜਾਂ ਜੀਆਂ ਕਰਦੀ ਆ, ਤੂੰ ਦੇ ਦੇ ਤੇਰੇ ਬਹਿ ਕੇ ਡੰਕ ਚ ਤਰੇ ਹੋਏ। ਪਾਣੀ ਪੂਣੀ ਤਾਂ ਲਿਆ, ਪੈਸੇ ਕਿੱਥੋਂ ਆਣਗੇ ਝੜਾਂ ਦੇ। ਜਾ ਪੁੱਤ ਮਾੜੇ ਪਾਣੀ ਦਾ ਗਲਾਸ ਲਿਆ, ਇਹਦੇ ਉੱਤੇ ਪਾਈਏ ਮਾੜਾ ਠੰਡਾ ਕਰੀਏ ਇਹਨੂੰ। ਉੱਤੇ ਦੇ ਲੈ ਪਾਪੇ, ਕਹਿੰਦੀ ਉੱਤੇ ਪਾਉਣਾ ਪਾਣੀ ਲੈ, ਮੇਰਾ ਮਤਲਬ ਪਿਆਈਏ ਇਹਨੂੰ। ਜਾ ਹਾਂ ਕਰ, ਸਿਰ ਚ ਡੋਲ ਦੇ, ਸਿਰ ਚ ਕਸ ਰਹੀ ਹੈ ਜੇ। ਬੜਾ ਕੰਮ ਨੇੜੇ ਲੱਗ ਜੂਗਾ, ਤੂੰ ਕਰ ਦੇ ਗਲਾਸ ਹਰ ਜਾਲੇ ਹੋਣਾ ਲੱਪੜ ਜੂਗਾ। ਆ ਤੇਰੀ ਮਾਂ ਦੇ ਗਲ ਪੈ ਜਾ, ਟੂਮਾ ਟਾਮਾ ਪਈਆਂ ਨੇ 50,000 ਆ ਗਲ ਚ ਪਾਈ ਤਾਂ ਫਿਰਦੇ ਸੋਨੇ ਦੇ ਗਲ ਪਾਈ ਪਏ ਨੇ ਫੜਾ ਦੇ। ਥੋਂ ਤਾਂ ਮੇਰੀ ਜੀਰੀ ਆ ਜਿਹੜਾ ਮੈਂ ਇੱਕ ਪਾ ਰੱਖਿਆ, ਪਤਾ ਨਹੀਂ ਨਹੀਂ ਪਤਾ ਨਹੀਂ ਪਾਉਂਗੀ ਪਤਾ ਨਹੀਂ ਹਟਾਉਂਗੀ। ਜਦ ਦੇਖ ਲਾ ਵੀ ਤੂੰ ਐ ਪਾ ਰੱਖਿਆ, ਤੂੰ ਐ ਪਾ ਰੱਖਿਆ, ਤੂੰ ਛੱਡ ਦੇ ਉਧਰੋਂ, ਛੱਡ ਦੇ ਇੱਧਰ ਹੈਗੇ ਆ ਦੋਏ, ਤੂੰ ਦੇ ਦੇ ਜਾਲਾ, ਤੂੰ ਦੇ ਦੇ ਹੋਰ। ਓਏ ਆ ਦੇਖ ਆ ਹੈਗੇ, ਚੁੱਪ ਕਰਕੇ ਨਾ ਮੁੰਡੇ ਨੂੰ ਆੜ ਤੇ ਰੱਖੀ ਨਾ 50,000 ਦੇ ਦੇ। ਚੁੱਪ ਕਰਕੇ ਨਾ ਮੁੰਡੇ ਨੂੰ ਪੈਸੇ ਲਿਆ ਦੇ ਆੜਤੀ ਤੋਂ। ਨਹੀਂ ਮੈਂ ਤੋਂ ਬੁਰਾ ਕੋਈ ਨਹੀਂ ਹੈਗਾ, ਨਹੀਂ ਮੈਂ ਚੱਲੀ ਆ ਫਿਰ। ਕਿੱਥੇ ਚੱਲੀ ਆ? ਮੈਂ ਆਪਦੇ ਘਰ ਨੂੰ ਚੱਲੀ ਆ। ਪਹਿਲਾਂ ਬਹੁਤ ਥਾਵੇਂ ਚੱਲ ਰਹੀ, ਤੂੰ ਆਪਦੇ ਘਰ ਨੂੰ ਚੱਲਦੀ ਰਹੀ। ਮੰਮੀ ਮੇਰੀ ਗੱਲ ਸੁਣ, ਤੂੰ ਮੁੰਡੇ ਦਾ ਕਰਦੀ ਆ? ਹਾਂ ਆ ਕੜੇ ਲਾ ਕੇ ਦੇ ਦੇ ਮੁੰਡੇ ਨੂੰ, ਦੇ 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 ਤੇਰੀ ਮਾਂ ਦੇ। ਨਹੀਂ ਇਹ ਤਾਂ ਚਾਂਦੀ ਦੇ ਨੇ, ਇਹਦਾ ਤਾਂ ਕੁਝ ਵੀ ਨਹੀਂ ਆਉਣਾ, ਇਹਦਾ ਤਾਂ ਸਾਈਕਲ ਵੀ ਨਹੀਂ ਆਉਣਾ ਜ਼ਾਇਰ ਹੋਏ ਦਾ। ਚੱਲ ਐਂ ਕਰੋ ਤੂੰ, ਚਲੋ ਫਿਰ ਪਏ ਹੋਣੇ ਉਹ ਦੇ ਦਿਓ ਮੈਨੂੰ। ਪੁੱਤ ਮੇਰੇ ਕੋਲ ਤਾਂ ਦੇਖੀ 10,000 ਰੁਪਇਆ, ਜੇ ਤੂੰ ਕਹਿ ਨਾ ਤਾਂ ਮੈਂ ਦੇ ਦੂੰਗੀ। ਬਾਕੀ ਇਹ ਤੋਂ ਲੈ ਲਾ, ਉਹ ਤੂੰ ਗੱਲਾਂ ਦਾ ਗੜਾ ਗਾਨੂੰ ਕਰਦੀ ਆ। ਪਾਣੀ ਦਾ ਗਲਾਸ ਲਿਆ ਦੇ। ਨਹੀਂ ਲਿਆ ਦੇ ਪਾਣੀ ਦਾ ਗਲਾਸ, ਉੱਠ ਕੇ ਇਹ ਵੀ ਸੁਣਦੀ ਨਹੀਂ ਹੈਗੀ ਕੰਮ ਕਰਕੇ। ਲੈ ਲਿਆ ਬੀਬੀ ਜਾ ਕੇ, ਨਹੀਂ ਭਾਈ ਆ ਵੀ ਕੰਮ ਕਰਕੇ ਭੋਰਾ ਨਹੀਂ ਰਾਜੀ ਹੈਗੀ। ਤੂੰ ਪੈਸੇ ਲੈ ਕੇ ਲੈ ਕੇ ਆ, ਲੈ ਕੇ ਲੈ ਦੇ ਫਿਰ। ਲੈ ਲਈ ਮੈਂ ਤੋਂ ਅਗਲੀ ਦੀਵਾਲੀ ਨੂੰ, ਤੋਂ ਲੈ ਲੈ ਚੰਗਾ। ਕੋਈ ਨਾ ਜਿੰਨੇ 20,000 ਰੁਪਏ ਤੇ ਲੈ ਦੇ। ਆ ਦੇ ਕਹਿੰਦਾ 20,000 ਰੁਪਏ ਵੀ ਤਾਂ ਪਿਆ। ਹਾਂ ਮੈਂ ਲੱਗੀ ਹੋਈ ਆ ਨਾ HDFC ਬੈਂਕ 'ਚ, ਲਿਆ ਦੇ ਇਹਨਾਂ ਨੂੰ 10-20,000 ਰੁਪਏ। HDFC ਬੈਂਕ ਤੇਰੀ ਕੀ ਰੀਸ ਕਰੂਗੀ, ਤੂੰ ਮਿੰਟਾਂ 'ਚ ਪੈਸੇ ਕੱਢ ਲਿਆਉਣੀ ਆ, ਉਹਦੇ 'ਤੇ ਸਾਈਨ ਕਰਨੇ ਪੈਣਗੇ।